ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਦੇ ਖਾਸ ਪ੍ਰੋਗਰਾਮ ਜਨਤਾ ਦੀ ਅਦਾਲਤ ਦੇ ਵਿੱਚ। ਦੈਨਿਕ ਸਵੇਰਾ ਦੇ ਹਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਸਕਦੇ ਹੋ, ਜਿੱਥੇ ਆਪਾਂ ਪੰਜਾਬ ਦੇ ਹਰ ਨੇਤਾ ਨੂੰ ਇਸ ਵੇਲੇ ਸਵਾਲ ਪੁੱਛ ਰਹੇ ਹਾਂ ਔਰ ਹਰ ਨੇਤਾ ਆਪਣੀ ਪੈਰਵੀ ਜਨਤਾ ਦੇ ਵਿੱਚ ਆ ਕੇ ਖੁਦ ਕਰ ਰਹੇ ਨੇ। ਅਮੂਮਨ ਪੰਜਾਬ ਦੇ ਵਿੱਚ ਇਹ ਚਰਚਾ ਹੋ ਰਹੀ ਹੈ ਕਿ ਹਰ ਸੀਟ 'ਤੇ ਚਾਰ ਕੌਨੀ ਮੁਕਾਬਲਾ, ਪਰ ਕੁਛ ਸੀਟਾਂ ਇੱਦਾਂ ਦੀਆਂ ਵੀ ਨੇ ਜਿੱਥੇ ਪੰਜ ਕੌਨੀ ਮੁਕਾਬਲਾ ਹੋ ਗਿਆ, ਉਹਦੇ ਵਿੱਚੋਂ ਇੱਕ ਲੁਧਿਆਣਾ ਹਲਕਾ। ਇੱਥੇ ਕਮਲਜੀਤ ਸਿੰਘ ਬਰਾੜ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਮੈਦਾਨ ਦੇ ਵਿੱਚ ਆਏ ਨੇ, ਜਿਨ੍ਹਾਂ ਨੇ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਪੰਜ ਕੋਰਨਰ ਕੰਟੈਸਟ ਬਣਾਤਾ। ਸਿਰਫ ਪੰਜ ਕੌਨੀਆਂ ਮੁਕਾਬਲਾ ਹੀ ਨਹੀਂ ਬਣਾਤਾ, ਇਹਨਾਂ ਨੇ ਲੁਧਿਆਣੇ ਨੂੰ ਪੰਥਕ ਮੁਕਾਬਲਾ ਵੀ ਬਣਾਤਾ। ਇਹਨਾਂ ਨੇ ਲੁਧਿਆਣੇ ਦੀ ਇਸ ਚੋਣ ਨੂੰ ਪੰਥਕ ਰੰਗਤ ਵੀ ਦੇ ਦਿੱਤੀ ਹੈ। ਆਪਣੇ ਪੋਸਟਰ 'ਚ ਜਿੱਥੇ ਆਪਣੀ ਤਸਵੀਰ ਲਗਾ ਰਹੇ ਨੇ, ਨਾਲ ਉੱਥੇ ਅੰਮ੍ਰਿਤਪਾਲ ਦੀ ਵੀ ਤਸਵੀਰ ਲਗਾ ਰਹੇ ਨੇ। ਇਹਨਾਂ ਦਾ ਚੋਣ ਨਿਸ਼ਾਨ ਵੀ ਮਾਈਕ ਹੈ ਔਰ ਅੰਮ੍ਰਿਤਪਾਲ ਨੂੰ ਸਪੋਰਟ ਕਰਨ ਦੇ ਚੱਕਰ 'ਚ ਵਿੱਚ ਹੀ 2022 'ਚ ਇਹਨਾਂ ਨੂੰ ਕਾਂਗਰਸ ਪਾਰਟੀ ਤੋਂ ਕੱਢ ਦਿੱਤਾ ਗਿਆ ਸੀਗਾ। ਤਾਲੀਆਂ ਦੇ ਨਾਲ ਸਵਾਗਤ ਕਰਦੇ ਹਾਂ ਜਨਤਾ ਦੀ ਅਦਾਲਤ ਵਿੱਚ ਕਮਲਜੀਤ ਸਿੰਘ ਬਰਾੜ ਦਾ। ਬਰਾੜ ਸਾਹਿਬ, ਸਵਾਗਤ ਹੈ ਤੁਹਾਡਾ। ਪੰਥਕ ਰੰਗਤ ਲੁਧਿਆਣਾ ਹਲਕੇ ਨੂੰ ਤੁਸੀਂ ਦਿੱਤੀ? ਪੰਥਕ ਰੰਗਤ ਪੰਥ ਦੇ ਹਵਾਲੇ ਦਿੰਦਾ ਹੈ, ਬੰਦਾ ਨਹੀਂ ਕੋਈ ਦੇ ਸਕਦਾ ਰੰਗਤ। ਅਸੀਂ ਸੇਵਾਦਾਰ ਬਣ ਕੇ ਕੋਸ਼ਿਸ਼ਾਂ ਜ਼ਰੂਰ ਕਰ ਸਕਦੇ ਹਾਂ ਉਸ ਰਾਹ 'ਤੇ ਤੁਰਨ ਦੀਆਂ, ਪਰ ਪੰਥ ਦਾ ਰੰਗ ਹੈ ਜਿਹੜਾ ਗੁਰੂ ਦਾ, ਪੰਥ ਦਾ ਜਿਹੜਾ ਵਾਲੀ ਹੈ ਦਸ਼ਮੇਸ਼ ਪਿਤਾ, ਉਹਦੀ ਰਹਿਨੁਮਾਈ ਹੈ, ਬਾਬਾ ਬੰਦਾ ਸਿੰਘ ਬਹਾਦਰ ਦੀ ਰਹਿਨੁਮਾਈ ਹੈ ਜਿਨ੍ਹਾਂ ਨੇ ਖਾਲਸਾ ਰਾਜ ਦਾ ਮੁੱਢ ਬੰਨਿਆ। ਸੋ ਇਹ ਜ਼ਰੂਰੀ ਵੀ ਸੀ, ਅਸੀਂ ਜੋ ਚਾਹੁੰਦੇ ਸੀ ਪੰਜਾਬ ਦੀ ਜਵਾਨੀ ਨੂੰ ਬਣਾਉਣਾ, ਅਤੇ ਇਸ ਗੱਲ ਦੀ ਮਨ ਨੂੰ ਖੁਸ਼ੀ ਬੜੀ ਆ। ਜੇ ਚੋਣਾਂ ਨਾ ਲੜਦੇ, ਨਾ ਇਲੈਕਸ਼ਨ 'ਚ ਖੜ੍ਹੇ ਹੁੰਦੇ, ਤਾਂ ਇਸ ਗੱਲ ਦਾ ਪਤਾ ਨਹੀਂ ਲੱਗਣਾ ਸੀ ਕਿ ਪੰਜਾਬ ਦੀ ਉਹ ਮੁੱਛ ਫੁੱਟ ਜਵਾਨੀ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੀ ਵਾਰਸ ਜਵਾਨੀ ਹੈ ਜਿਹੜੀ, ਉਹਦੇ ਅੰਦਰ ਜਿਹੜੀ ਚਿਣਗ ਆ ਪੰਥ ਦੀ, 18 ਤੋਂ 20-22 ਸਾਲ ਵਾਲੀ ਜਵਾਨੀ ਦੇ ਅੰਦਰ ਜਿਹੜਾ ਇੱਕ ਚੰਗਿਆੜੀ ਬਲਦੀ ਹੈ ਜਿਹਨੂੰ ਭਾਂਬੜ ਬਣਾਉਣ ਦੀ ਲੋੜ ਆ, ਉਹ ਜਵਾਨੀ ਆਪਦੇ ਨਾਇਕ ਲੱਭਦੀ ਆ, ਉਹ ਜਵਾਨੀ ਆਪਦੇ ਰਾਹ ਦਸੇਰੇ ਲੱਭਦੀ ਆ ਕਿ ਰਾਹ ਦਸੇਰੇ ਆਉਣ ਅਤੇ ਸਾਨੂੰ ਰਸਤਾ ਸਾਨੂੰ ਮਾਰਗ ਦਿਖਾਉਣ, ਕਿਉਂਕਿ ਸਿਆਸਤਦਾਨਾਂ ਨੇ ਜਵਾਨੀ ਨੂੰ ਜਵਾਨੀ ਦੇ ਸਹੀ ਅਰਥ ਹੀ ਨਹੀਂ ਸਮਝਾਏ। ਪੰਜਾਬ ਦੀ ਜਵਾਨੀ ਨੂੰ ਜੇ ਜਵਾਨੀ ਦੇ ਸਹੀ ਅਰਥ ਸਮਝ ਆ ਜਾਣ, ਤਾਂ ਜਵਾਨੀ ਦਰਿਆਵਾਂ ਦੇ ਵਹਿਣ ਮੋੜਨ ਦੇ ਸਮਰੱਥ ਹੈ। ਉਦਾਹਰਨਾਂ ਨੇ ਸਾਡੇ ਕੋਲ, 7 ਅਤੇ 9 ਸਾਲ ਦੇ ਸੀ ਬਾਬੇ ਸਾਡੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਕਿੱਡੀ ਉੱਚੀ ਸੋਚ, ਉਮਰਾਂ ਛੋਟੀਆਂ ਸੀ ਬੇਸ਼ੱਕ, ਪਰ ਵਿਚਾਰ ਬਹੁਤ ਵੱਡਾ ਸੀ। 19 ਸਾਲ ਦਾ ਸੀ ਬਾਬਾ ਸਰਾਭਾ ਸਾਡਾ ਜਦੋਂ ਉਹਨੇ ਫਾਂਸੀ ਦਾ ਰੱਸਾ ਚੁੰਮਿਆ, 15 ਵਰਿਆਂ ਦਾ ਬਰਕਲੇ ਯੂਨੀਵਰਸਿਟੀ ਪੜ੍ਹਨ ਚਲਿਆ ਗਿਆ ਸੀ। ਇਹ ਉਦਾਹਰਨਾਂ ਨੇ। 23 ਸਾਲ ਉਮਰ ਸੀ ਸ਼ਹੀਦ ਭਗਤ ਸਿੰਘ ਦੀ, ਅਤੇ 27 ਵਰੇ ਉਮਰ ਸੀ ਗੁਰੂ ਨਾਨਕ ਪਾਤਸ਼ਾਹ ਦੀ ਜਦੋਂ ਉਹਨਾਂ ਨੇ ਬਾਬਰ ਨੂੰ ਜਾਬਰ ਕਹਿ ਕੇ ਲਲਕਾਰਿਆ ਸੀ, ਜਦੋਂ ਕਿਹਾ ਸੀ ਪਾਪ ਕੀ ਜੰਜ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਵੇ ਲਾ ਲਓ। 33 ਵਰਿਆਂ ਦੀ ਉਮਰ ਸੀ ਦਸ਼ਮੇਸ਼ ਪਿਤਾ ਦੀ ਜਦੋਂ ਉਹਨਾਂ ਨੇ ਸਾਨੂੰ ਅੰਮ੍ਰਿਤ ਦੀ ਦਾਤ ਤਿਆਰ ਕਰਕੇ ਦਿੱਤੀ, ਜਿਹਨੂੰ ਛੱਕ ਕੇ 1.25 ਲੱਖ ਦੇ ਆਹੂ ਲਾਏ ਸੀ। ਇਹ ਉਮਰਾਂ ਏ ਜਿਹੜੀਆਂ ਉਮਰਾਂ ਨੂੰ ਅਸੀਂ ਪੰਥਕ ਰੰਗ ਵਿੱਚ ਰੰਗਣਾ ਚਾਹੁੰਦੇ ਸੀ, ਉਹ ਰੰਗੀਆਂ ਗਈਆਂ। 19, 23, 27, 33 ਇਸ ਉਮਰ ਦੇ ਵਿੱਚ ਬਾਗੀ ਪੁਣਾ ਹੁੰਦਾ ਸੋਚ ਦੇ ਵਿੱਚ, ਇਹ ਉਮਰਾਂ ਵੇਂਹਦੀਆਂ ਨਹੀਂ, ਸਾਹਮਣੇ ਹਕੂਮਤ ਕਿੰਨੀ ਕੁ ਤਕੜੀ ਆ, ਕਿੰਨੀ ਕੁ ਤਾਕਤਵਰ ਆ, ਭਿੜ ਜਾਂਦੀ ਹੈ ਉਮਰ। ਸੋ ਇਸ ਉਮਰ ਨੂੰ ਅਸੀਂ ਵਿਚਾਰ ਲਈ ਤਿਆਰ ਕੀਤਾ। ਅੱਜ ਲੜਾਈ ਹਥਿਆਰਾਂ ਦੀ ਨਹੀਂ, ਸਰਕਾਰ ਨਾਲ ਹਥਿਆਰ ਨਾਲ ਲੜੇ ਨਹੀਂ ਜਾ ਸਕਦਾ, ਸਰਕਾਰ ਕੋਲ ਹਥਿਆਰ ਵੱਡੇ ਆ, ਸਰਕਾਰ ਸਾਡੇ ਵਿਚਾਰ ਤੋਂ ਡਰਦੀ ਆ, ਸਾਡੇ ਕੋਲ ਵਿਚਾਰ ਬੜਾ ਵੱਡਾ ਹੈ। ਰਵਿਦਾਸ ਮਹਾਰਾਜ ਦਾ ਵਿਚਾਰ ਕਿੱਡਾ ਉੱਚਾ, ਬਾਬਿਆਂ ਦੀ ਮੈਂ ਗੱਲ ਕੀਤੀ, ਉਹਨਾਂ ਦਾ ਵਿਚਾਰ, ਇਸ ਵਿਚਾਰ ਤੋਂ ਸਰਕਾਰ ਡਰਦੀ। ਅਸੀਂ ਉਹ ਵਿਚਾਰ ਲੈ ਕੇ ਤੁਰੇ ਹਾਂ, ਅਤੇ ਮੈਂ ਤਾਂ ਹਰੇਕ ਨੂੰ ਕਹਿੰਦਾ ਜਿਹੜਾ ਅਜੇ ਵੀ ਵਾਂਝਾ ਹੈ, ਜਿਹੜਾ ਅਜੇ ਵੀ ਕਿਸੇ ਰਵਾਇਤੀ ਸਿਆਸਤਦਾਨਾਂ ਮਗਰ ਸਮਾਂ ਖਰਾਬ ਕਰਦਾ ਫਿਰਦਾ, ਜੁੱਤੀਆਂ ਭਣਾਉਂਦਾ ਫਿਰਦਾ, ਪੈਰ ਭਣਾਉਂਦਾ ਫਿਰਦਾ, ਉਹ ਅਜੇ ਵੀ ਘਰ ਵਾਪਸੀ ਕਰੇ, ਅਜੇ ਵੀ ਵੇਲਾ ਹੈ, ਕੁਛ ਨਹੀਂ ਵਿਗੜਿਆ। ਅੱਜ ਪੂਰੇ ਪੰਜਾਬ ਦੇ ਵਿੱਚ ਪੰਥਕ ਹਵਾਵਾਂ ਵਗ ਰਹੀਆਂ ਨੇ ਪੰਜਾਬ ਦੀ ਫਿਜ਼ਾ ਦੇ ਅੰਦਰ, ਅਤੇ ਹਰੇਕ ਨੂੰ ਉਸ ਪੰਥਕ ਹਵਾਵਾਂ ਦੇ ਵਿੱਚ ਆਪਣੇ ਆਪ ਨੂੰ ਰੰਗ ਲੈਣਾ ਚਾਹੀਦਾ ਹੈ, ਕਿਤੇ ਪਛਤਾਵਾ ਨਾ ਪੱਲੇ ਰਹਿ ਜੇ,
ਕਿ ਅਸੀਂ ਪੰਥ ਨਾਲ ਖੜ੍ਹੇ ਨਹੀਂ, ਅਸੀਂ ਗੁਰੂ ਦੀ ਗੱਲ ਕਰਨ ਵਾਲਿਆਂ ਨਾਲ ਖੜ੍ਹੇ ਨਹੀਂ, ਅਸੀਂ ਅਨੰਦਪੁਰ ਸਾਹਿਬ ਦਾ ਰਾਹ ਦਿਖਾਉਣ ਵਾਲਿਆਂ ਨਾਲ ਖੜ੍ਹੇ ਨਹੀਂ। ਅਤੇ ਮਿਲਦਾ ਕੀ ਹੈ? ਫਿਰ ਪਾਤਸ਼ਾਹ ਬਾਦਸ਼ਾਹੀਆਂ ਬਖਸ਼ਦੇ ਆ ਜੇ ਪੰਥ ਦੇ ਨਾਲ ਖੜੋ। ਜਦੋਂ ਤੁਸੀਂ ਚੋਣ ਮੈਦਾਨ ਦੇ ਵਿੱਚ ਆਏ ਉਦੋਂ ਤਾਂ ਇੱਦਾਂ ਲੱਗ ਰਿਹਾ ਸੀਗਾ ਕਿ ਤੁਸੀਂ ਸਿਰਫ ਰਾਜਾ ਵੜਿੰਗ ਨੂੰ ਹੈਰਾਨ ਆ ਰਹੇ ਹੋ, ਪਰ ਹੁਣ ਤੁਹਾਡੀ ਸਪੀਚਾਂ ਦੇ ਵਿੱਚ, ਹੁਣ ਤੁਹਾਡੀ ਗੱਲਾਂ ਦੇ ਵਿੱਚ ਪੰਥ ਦੀ ਗੱਲ ਜ਼ਿਆਦਾ ਜ਼ਿਕਰ ਹੋ ਰਿਹਾ। ਤੁਹਾਨੂੰ ਪਹਿਲਾਂ ਤੁਹਾਡੀ ਲੱਗਦਾ ਸੀਗਾ ਕਿ ਸਟ੍ਰੈਟਜੀ ਜਿਹੜੀ ਹੈ, ਰਣਨੀਤੀ ਜਿਹੜੀ ਸੀਗੀ ਉਹ ਇਸ ਪਾਸੇ ਹੋਊਗੀ? ਜੇ ਮੈਂ ਠੀਕ ਕਹਿ ਰਿਹਾ ਕਿ ਪਹਿਲਾਂ ਤੁਹਾਡੀ ਸਟ੍ਰੈਟਜੀ ਸ਼ਾਇਦ ਇਹੀ ਸੀਗੀ ਕਿ ਰਾਜਾ ਵੜਿੰਗ ਨੂੰ ਹਰਾਇਆ ਜਾਵੇ, ਪਰ ਹੁਣ ਤੁਹਾਨੂੰ ਲੱਗ ਰਿਹਾ ਕਿ ਨਹੀਂ ਪੰਥ ਨੂੰ ਵੀ ਜਗਾਉਣਾ ਪੈਣਾ? ਨਹੀਂ, ਮੈਂ ਇੱਕ ਗੱਲ ਤਾਂ ਕਲੀਅਰ ਕਰਾਂ। ਮੈਂ ਇਹ ਅਸਲ 'ਚ ਆਪਾਂ ਤਾਂ ਇਹ 15 ਦਿਨ ਪਹਿਲਾਂ ਐਲਾਨ ਕਰਤਾ ਸੀ ਇਹਨੂੰ ਟਿਕਟ ਮਿਲਣ ਤੋਂ 15 ਦਿਨ ਪਹਿਲਾਂ ਮੇਰਾ ਐਲਾਨ ਕੀਤਾ ਹੋਇਆ। ਮੀਡੀਆ ਦੇ ਵਿੱਚ ਮੇਰੀਆਂ ਇੰਟਰਵਿਊਜ਼ ਤੁਸੀਂ ਸੁਣੀਆਂ ਹੋਣੀਆਂ ਨੇ, ਮੈਂ ਤੁਹਾਨੂੰ ਭੇਜ ਦੂੰਗਾ, ਡੇਟਾਂ ਚੈੱਕ ਕਰਿਓ। ਉਸ ਡੇਟ ਤੋਂ, ਮੇਰੇ ਐਲਾਨ ਦੀ ਡੇਟ ਤੋਂ 15 ਦਿਨ ਬਾਅਦ ਇਹਨੂੰ ਟਿਕਟ ਮਿਲਦੀ ਆ। ਮਤਲਬ ਹਾਰਨ ਵਾਸਤੇ ਉਹ ਆਪ ਆਇਆ ਆਪਣੇ ਕੋਲ, ਪਾਤਸ਼ਾਹ ਨੇ ਰਹਿਮਤ ਕੀਤੀ ਆ ਵੀ ਲਿਆ ਕੇ ਮੂਹਰੇ ਸਿੱਟਿਆ ਵੀ ਲੈ ਭਾਈ ਇਹਨੇ ਤੈਨੂੰ ਪਾਰਟੀ 'ਚੋਂ ਕੱਢਿਆ ਸੀ, ਇਹਨੇ ਤੈਨੂੰ ਕੇਸਰੀ ਨਿਸ਼ਾਨ ਚੱਕਣ ਤੋਂ ਰੋਕਿਆ ਸੀ। ਆਹੀ ਉਹ ਬੰਦਾ ਹੈ ਨਾ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਾਗਮਾਂ 'ਚ ਤੈਨੂੰ ਜਾਣ ਤੋਂ ਰੋਕਦਾ ਸੀ। ਜੇ ਅਸੀਂ ਅੰਮ੍ਰਿਤ ਛਕਾਉਣ ਵਾਲਿਆਂ ਦੇ ਨਾਲ ਨਹੀਂ ਖੜਾਂਗੇ, ਅਨੰਦਪੁਰ ਸਾਹਿਬ ਦਾ ਰਾਹ ਦਿਖਾਉਣ ਵਾਲਿਆਂ ਦੇ ਨਾਲ ਨਹੀਂ ਖੜਾਂਗੇ, ਫਿਰ ਅਸੀਂ ਚੋਰਾਂ ਠੱਗਾਂ ਨਾਲ ਥੋੜ੍ਹੀ ਖੜਾਂਗੇ। ਚੋਰਾਂ ਠੱਗਾਂ ਨਾਲ ਸਿਆਸਤਦਾਨਾਂ ਨਾਲ ਖੜ੍ਹਦੇ ਆਏ ਆ ਲੋਕ। ਇਸ ਵਾਰ ਲੋਕਾਂ ਨੇ ਤੈਅ ਕਰ ਲਿਆ ਕਿ ਅਸੀਂ ਆਪਦੇ ਭਰਾ ਨਾਲ ਖੜ੍ਹਨਾ, ਆਪਦੇ ਪੁੱਤ ਨਾਲ ਖੜ੍ਹਨਾ। ਇਸ ਵਿੱਚ ਗਲਤ ਵੀ ਕੀ ਆ? ਜੇ ਪੰਜਾਬ ਦੇ ਲੋਕ ਜਿਹੜੇ ਸਿਆਸਤਦਾਨਾਂ ਨੂੰ ਚੁਣਦੇ ਆਏ ਆ, ਜੇ ਆਪਦੇ ਪੁੱਤਾਂ ਭਤੀਜਿਆਂ ਨੂੰ ਚੁਣ ਲੈਣਗੇ ਤਾਂ ਖੁਸ਼ਹਾਲ ਹੋਣਗੇ? ਪੁੱਤ ਭਤੀਜੇ ਦੀ ਜਦੋਂ ਮਰਜ਼ੀ ਬਾਂਹ ਮਰੋੜ ਸਕਦੇ ਹਾਂ? ਸਿਆਸਤਦਾਨ ਤਾਂ ਲੱਭਦੇ ਹੀ ਨਹੀਂ। ਆਹ ਪੁੱਛ ਲਓ ਇਹਨਾਂ ਨੂੰ, ਆਹ ਬੈਠੇ ਪਿੰਡਾਂ ਵਾਲੇ 10 ਸਾਲ ਹੋ ਗਏ ਇਸੇ ਹਲਕੇ ਤੋਂ ਬਿੱਟੂ ਨੂੰ ਵੋਟਾਂ ਪਾਈਆਂ ਇਹਨਾਂ ਨੇ, ਕਦੇ ਪੁੱਛ ਲਓ ਬਾਈ ਹਾਂ ਕਿੰਨੀਆਂ ਗਰਾਂਟਾਂ ਦੇ ਗਿਆ ਪਿੰਡਾਂ ਵਾਲੇ? ਉਹ ਆਇਆ ਨਹੀਂ, ਉਹ ਤਾਂ ਕਹਿੰਦਾ ਬਹੁਤ ਪੈਸੇ ਦਿੱਤੇ ਆ। ਹੈਂਜੀ, ਆਹ ਬਾਪੂ ਜੀ ਦੀ ਸੁਣ ਲਓ ਜੀ ਵਿਚਾਰ। ਬਾਪੂ ਜੀ ਸੁਣਾਓ ਜੀ। ਮੈਂ ਕਹਿੰਦਾ ਮੈਂ 10 ਸਾਲ ਹੋ ਗਏ ਵੋਟਾਂ ਪਾਉਂਦਾ ਨੂੰ, ਅੱਜ ਤੱਕ ਉਹਨੇ ਸ਼ਕਲ ਨਹੀਂ ਦਿਖਾਈ ਪਿੰਡ 'ਚ ਆ ਕੇ। ਅੱਛਾ, ਹੁਣ ਤੁਸੀਂ ਦੱਸੋ ਜਿਹੜੇ ਸਿਆਸਤਦਾਨ ਵੋਟਾਂ ਲੈ ਕੇ ਗੁਆਚ ਜਾਂਦੇ ਆ, ਹੁਣ ਲੋਕਾਂ ਨੇ ਮਨ ਬਣਾ ਲਿਆ, ਲੋਕ ਕਹਿੰਦੇ ਹੁਣ ਅਸੀਂ ਨੇ ਉਹਨਾਂ ਨੂੰ ਲੱਭਣਾ। ਮੈਂ ਠੀਕ ਹੈ, ਮੈਂ ਉਮੀਦਵਾਰਾਂ ਦਾ ਵੀ ਆਵਾਂਗਾ, ਰਾਜਾ ਵੜਿੰਗ 'ਤੇ ਵੀ ਆਵਾਂਗਾ, ਰਵਨੀਤ ਬਿੱਟੂ ਦੇ ਵੀ ਜ਼ਿਕਰ ਕਰਾਂਗਾ ਜੀ। ਪਰ ਕੀ ਹੁਣ ਪੰਜਾਬ ਨੂੰ ਨਵੀਂ ਸਿਆਸਤ ਮਿਲ ਰਹੀ ਹੈ, ਸਿਆਸਤ ਦਾ ਨਵਾਂ ਰੰਗ ਦੇਖਣ ਨੂੰ ਮਿਲ ਰਿਹਾ? ਤੁਸੀਂ ਹੋ ਗਏ, ਅੰਮ੍ਰਿਤਪਾਲ ਹੋ ਗਏ, ਸਰਬਜੀਤ ਸਿੰਘ ਖਾਲਸਾ ਹੋ ਗਏ, ਸਿਮਰਜੀਤ ਸਿੰਘ ਮਾਨ, ਲੱਖਾ ਸਿਧਾਣਾ, ਕੀ ਇੱਕ ਪੰਜਾਬ ਨਵੀਂ ਸਿਆਸਤ ਵੱਲ ਜਾ ਰਿਹਾ? ਜਾਣਾ ਚਾਹੀਦਾ, ਪੰਜਾਬ ਦੀ ਡਿਮਾਂਡ ਆ, ਪੰਜਾਬ ਦੇ ਲੋਕਾਂ ਦੀ ਮੰਗ ਆ। ਜਿਨ੍ਹਾਂ ਨੂੰ ਚੁਣਿਆ ਹੈ ਨਾ ਉਹਨਾਂ ਨੇ ਸਾਡਾ ਸਾਥ ਹੀ ਨਹੀਂ ਦਿੱਤਾ ਲੋਕਾਂ ਦਾ, ਲੋਕ ਚੁਣਦੇ ਆ ਨਾ, ਲੋਕਾਂ ਦੀ ਬਾਤ ਹੀ ਨਹੀਂ ਪੁੱਛੀ। ਤੁਸੀਂ ਸਮਝੋ 9 ਸਾਲ ਹੋ ਗਏ ਗੁਰੂ ਸਾਹਿਬ ਦੀ ਬੇਅਦਬੀ ਹੋਈ ਨੂੰ, ਇਨਸਾਫ ਦੀ ਗੱਲ ਕਰਦਾ ਕੋਈ? ਆਪਦੀ ਸਰਕਾਰ 'ਚ ਨਹੀਂ ਕਰ ਸਕਦੇ, ਵਿਰੋਧੀ ਸਰਕਾਰ ਆ, ਹੁਣ ਘੇਰੋ ਅਕਾਲੀਓ ਕਾਂਗਰਸੀਓ। ਕੁੰਵਰ ਵਿਜੇ ਪ੍ਰਤਾਪ ਸਰਕਾਰ ਦਾ MLA ਉੱਠ ਕੇ ਖੜ੍ਹਾ ਹੋ ਕੇ ਕਹਿ ਰਿਹਾ ਵੀ ਬੇਅਦਬੀ 'ਤੇ ਚਰਚਾ ਕਰੀਏ, ਕਿਸੇ ਕਾਂਗਰਸੀ ਅਕਾਲੀ ਦਲ ਦੀ ਹਿੰਮਤ ਨਹੀਂ ਪਈ ਵੀ ਉਹਦੇ ਨਾਲ ਖੜ੍ਹੇ ਹੋ ਜਾਈਏ। ਫਿਰ ਹੁਣ ਇਹਨਾਂ ਨੂੰ ਬਦਲੀਏ ਨਾ, ਕੀ ਕਰਾਉਣਾ ਇਹਨਾਂ ਤੋਂ? ਨਸ਼ਾ ਹੈ, ਦਿਨੋਂ ਦਿਨ ਵੱਧ ਰਿਹਾ ਹੈ, ਘੱਟ ਨਹੀਂ ਰਿਹਾ। ਆਹ ਮੈਂ ਜਾਣਾ ਪਿੰਡਾਂ ਦੇ ਵਿੱਚ, ਇੱਕ ਪਿੰਡ 'ਚ ਗਿਆ, ਬੇਟ ਇਲਾਕੇ ਦਾ ਪਿੰਡ ਆ, 6-7 ਮਾਵਾਂ ਮੇਰੇ ਗਲ ਲੱਗ ਕੇ ਰੋਣ ਲੱਗ ਗਈਆਂ। ਇੱਕ ਮਾਂ ਕਹਿੰਦੀ ਪੁੱਤ ਮੇਰੇ, ਇੱਕ ਪੁੱਤ ਮੇਰਾ ਮੁੱਕ ਗਿਆ, ਦੂਜਾ ਮੁੱਕਣ ਕਿਨਾਰੇ ਆ, ਅੱਖਾਂ ਦੀ ਉਹਦੀ ਕਹਿੰਦੀ ਰੋਸ਼ਨੀ ਚਲੀ ਗਈ, ਰੋ ਰੋ ਕੇ ਕੁਰਲਾ ਕੁਰਲਾ ਕੇ। ਤੂੰ ਕਹਿੰਦੀ ਸਾਡੇ ਕੋਲ ਆ ਗਿਆ, ਉਹ 50 ਕਦਮਾਂ ਤੋਂ 50 ਫੁੱਟ ਦੂਰ ਜਿਹੜਾ ਰਸਤਾ ਹੈ ਨਾ ਉੱਥੋਂ ਲੰਘ ਜਾਂਦੇ ਸਾਰੇ ਲੀਡਰ। ਯਾਰ ਹੱਲ ਤਾਂ ਤੁਸੀਂ ਕਰਨਾ ਨਹੀਂ, ਉਹਦੀ ਗੱਲ ਤਾਂ ਸੁਣ ਲਓ, ਗੱਲ ਸੁਣ ਵੀ ਨਹੀਂ ਜਾਂਦੇ ਗੇ, ਮਤਲਬ ਮਾਵਾਂ ਦੀ ਪੁਕਾਰ ਸੁਣ ਵੀ ਨਹੀਂ ਜਾਂਦੇ। ਫਿਰ ਬਦਲੀਏ ਕਿਉਂ ਨਾ, ਫਿਰ ਰਵਾਇਤਾਂ ਬਦਲੀਏ ਨਾ। ਫਿਰ ਸਾਨੂੰ ਉਹ ਸੱਚੇ ਲੋਕ ਚਾਹੀਦੇ ਆ ਜਿਹੜੇ ਧਰਮੀ ਹੋਣ। ਧਰਮੀ ਹੋਣਾ ਬਹੁਤ ਚੰਗੀ ਗੱਲ ਹੈ, ਪਰ ਇੱਥੇ ਸਿਆਸਤਦਾਨ ਧਰਮੀ ਨਹੀਂ ਹੈਗੇ। ਸਿਆਸਤ ਜ਼ਰੂਰ ਧਰਮ ਦੀ ਕਰਦੇ ਨੇ, ਨਾਮ ਧਰਮ ਦਾ ਲੈਂਦੇ ਨੇ, ਵੋਟਾਂ ਮੰਗਦੇ ਨੇ। ਜੇ ਸਿਆਸਤਦਾਨ ਧਰਮੀ ਹੋਣਗੇ, ਸੱਚੇ ਹੋਣਗੇ, ਕਰਪਸ਼ਨ ਨਹੀਂ ਕਰਨਗੇ, ਚੋਰੀਆਂ ਨਹੀਂ ਕਰਨਗੇ, ਲੋਕਾਂ ਦਾ ਸਾਥ ਦੇਣਗੇ। ਪਰ ਜਿਸ ਤਰ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਔਰ ਜਿਸ ਤਰ੍ਹਾਂ ਦੇ ਮੈਂ
ਹੁਣੇ ਜ਼ਿਕਰ ਕੀਤਾ ਸਿਆਸੀ ਹਵਾ ਦਾ, ਧਰਮ ਦੀ ਗੱਲ ਕਰਨਾ ਤਾਂ ਠੀਕ ਹੈ ਪਰ ਉਸ ਆਈਡੀਓਲੋਜੀ ਦੇ ਵਿੱਚ ਅਲਗਾਵਵਾਦ ਵੀ ਨਜ਼ਰ ਆਉਂਦਾ। ਇਹਦੇ ਨਾਲ ਅਲਗਾਵਵਾਦ ਦੇ ਵਿੱਚ ਜਿਹੜੇ ਲੋਕ ਇਸ ਆਈਡੀਓਲੋਜੀ ਨੂੰ ਸਮਰਥਨ ਨਹੀਂ ਦਿੰਦੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਨਹੀਂ ਪੈਦਾ ਹੋ ਰਿਹਾ? ਵਧੀਆ ਸਵਾਲ ਹੈ, ਬਹੁਤ ਵਾਜਬ ਅਤੇ ਬਹੁਤ ਕੀਮਤੀ ਅਤੇ ਚੰਗਾ ਸਵਾਲ ਹੈ, ਧੰਨਵਾਦ ਤੁਹਾਡਾ। ਸਿੱਖ ਰਾਜ ਦੀ ਗੱਲ ਕਰਦੇ ਹਾਂ, ਅਸੀਂ ਖਾਲਸਾ ਰਾਜ ਦੀ ਪਰਿਭਾਸ਼ਾ ਪਤਾ ਹੋਣੀ ਚਾਹੀਦੀ ਹੈ ਸੰਗਤ ਨੂੰ, ਦੁਨੀਆਂ ਨੂੰ ਪਰਿਭਾਸ਼ਾ ਸਮਝਾਓ ਸਿੱਖ ਰਾਜ ਦੀ। ਅਸੀਂ ਰਾਜ ਕੀਤਾ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਉਹ ਖਾਲਸੇ ਦਾ ਰਾਜ ਸੀ। ਅਸੀਂ ਖਾਲਸੇ ਦੇ ਰਾਜ ਦੀ ਗੱਲ ਕਰਦੇ ਹਾਂ ਨਾ, ਅਤੇ ਤੁਸੀਂ ਕਹਿੰਦੇ ਹੋ ਵੀ ਉਹ ਤੋਂ ਡਰਦੇ ਆ ਲੋਕ, ਜਿੰਨਾ ਉਹ ਲੋਕ ਡਰਦੇ ਆ ਜਿਨ੍ਹਾਂ ਨੂੰ ਉਹਦੇ ਬਾਰੇ ਪਤਾ ਨਹੀਂ ਉਹ ਕਿਹੋ ਜਿਹਾ ਰਾਜ ਸੀ। ਸਿੱਖ ਰਾਜ ਦਾ ਮੁਖੀ ਸੀਗਾ ਸਿੱਖ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ, ਉਹਦੇ ਨਾਲ ਮਿਸਰ ਦੀਵਾਨ ਚੰਦ ਇੱਕ ਬ੍ਰਾਹਮਣ ਸੀ। ਉਹ ਐਂ ਕੋਈ ਵਜਾਰਤ ਵਾਲਾ ਬ੍ਰਾਹਮਣ ਨਹੀਂ ਸੀ, ਉਹ ਵੀ ਘੈਂਟ ਬ੍ਰਾਹਮਣ ਸੀ, ਤਲਵਾਰਬਾਜ਼ੀ ਨਾਲ ਉਹਨੇ ਬੜੇ ਸ਼ਹਿਰ ਜਿੱਤੇ ਆ ਉਹਨੇ। ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਉਹ ਮੰਤਰੀ ਸੀ, ਇੱਕ ਬ੍ਰਾਹਮਣ, ਇੱਕ ਫਕੀਰ ਅਜੀਜੂਦੀਨ ਮੁਸਲਮਾਨ ਫਕੀਰ, ਉਹ ਆਪ ਵਜ਼ੀਰ ਸੀ, ਉਹਦੇ ਭਤੀਜੇ ਵਜ਼ਾਰਤ ਵਿੱਚ ਸੀ। ਹੁਣ ਦੇਖੋ ਮਹਾਰਾਜਾ ਸਿੱਖ ਉਹਦੇ ਨਾਲ ਕੌਣ ਨੇ? ਹਿੰਦੂ ਅਤੇ ਮੁਸਲਮਾਨ, ਬਰਾਬਰ ਤਾਂ ਨਹੀਂ? ਜਿੰਨਾ ਸੋਨਾ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਲਈ ਸੇਵਾ ਕੀਤੀ ਹੈ ਨਾ, ਗੁਰੂ ਰਾਮਦਾਸ ਪਾਤਸ਼ਾਹ ਦੇ ਦਰ 'ਤੇ ਸੋਨੇ ਦੀ ਸੇਵਾ, ਉਸ ਤੋਂ ਕਈ ਗੁਣਾ ਜ਼ਿਆਦਾ ਸੋਨਾ, 3 ਟਨ ਸੋਨਾ ਤ੍ਰਿਪਤੀ ਬਾਲਾਜੀ ਮੰਦਿਰ ਅਤੇ ਹੋਰ ਮੰਦਰਾਂ ਨੂੰ ਸੇਵਾ ਕੀਤੀ ਹੈ। ਆਪਾਂ ਦਾਨ ਨਹੀਂ ਕਹਿ ਸਕਦੇ, ਗੁਰੂ ਘਰ ਨੂੰ ਦਾਨ ਨਹੀਂ ਕੀਤਾ ਜਾ ਸਕਦਾ, ਦਾਨੀ ਸਿਰਫ ਗੁਰੂ ਸਾਹਿਬ ਨੇ, ਪੁੱਤਰਾਂ ਦੇ ਦਾਨੀ, ਅਸੀਂ ਸੇਵਾ ਕਹਿ ਸਕਦੇ ਹਾਂ। ਹੁਣ ਉਹ ਮਹਾਰਾਜਾ ਸੀ ਸਿੱਖ ਅਤੇ ਸੋਨਾ ਚੜ੍ਹਾ ਰਿਹਾ ਮੰਦਰਾਂ ਨੂੰ, ਕਿੱਥੇ ਖਤਰਾ ਬਈ ਕਿਸੇ ਨੂੰ? ਇਸ ਸਿਧਾਂਤ ਦਾ ਪਤਾ ਕਿਸੇ ਨੂੰ? ਨਾਲ ਉਹਦੇ ਮੁਸਲਮਾਨ ਅਤੇ ਹਿੰਦੂ ਵਜ਼ੀਰ ਸਨ। ਸਮਝਣ ਵਾਲੀ ਗੱਲ ਆ, ਇਹ ਲੋਕ ਜਿਹੜੇ ਡਰਾਉਂਦੇ ਆ ਕਿ ਸੱਚਿਆਂ ਦਾ ਰਾਜ ਨਾ ਕਿਤੇ ਆ ਜਾਏ, ਉਹ ਲੋਕ ਡਰਾਉਂਦੇ ਨੇ। ਪਰ ਅੰਮ੍ਰਿਤਪਾਲ ਦੀ ਜਿਵੇਂ ਤੁਸੀਂ ਨਾਲ ਤਸਵੀਰ ਲਗਾਈ, ਅੰਮ੍ਰਿਤਪਾਲ ਦੀ ਆਈਡੀਓਲੋਜੀ, ਉਹ ਹਮੇਸ਼ਾ ਹੀ ਕਹਿੰਦੇ ਰਹੇ ਕਿ ਅਲੱਗ ਸਿੱਖ ਰਾਜ ਚਾਹੀਦਾ ਸਾਨੂੰ? ਅਲੱਗ ਸਿੱਖ ਰਾਜ ਦੀ ਗੱਲ ਨਹੀਂ, ਇਹ ਮੁਲਕ ਸਾਰਾ ਸਾਡਾ ਹੈ, ਇਹ ਸਾਰਾ ਸਾਡਾ ਮੁਲਕ ਆ। ਤੁਸੀਂ ਕਹਿ ਰਹੇ ਹੋ ਪਰ ਅੰਮ੍ਰਿਤਪਾਲ ਨਹੀਂ ਕਹਿੰਦਾ। ਦੱਸਦਾ ਨਾ ਮੇਰੀ ਸੋਚ, ਸਮਝੋ ਨਾ, ਇਹ ਅੰਮ੍ਰਿਤਪਾਲ ਵੀ ਐਂ ਨਹੀਂ ਕਹਿੰਦਾ, ਤੁਸੀਂ ਇਹਨੂੰ ਗਲਤ ਪਾਸੇ ਨਾਲ ਲੈ ਕੇ ਜਾਓ। ਇਹ ਰਾਜ ਸਾਡਾ, ਮੁਲਕ ਸਾਡਾ ਹੈ ਸਾਰਾ। ਸਭ ਤੋਂ ਵੱਧ ਕੁਰਬਾਨੀਆਂ ਸਾਡੀਆਂ ਸਰਦਾਰਾਂ ਦੀਆਂ, 121 ਨੂੰ ਫਾਂਸੀ ਹੋਈ ਹੈ, 93 ਸਾਡੇ ਸਿੱਖ ਸੀਗੇ। ਕਾਲੇ ਪਾਣੀ ਸਭ ਤੋਂ ਵੱਧ ਸਾਡੇ ਭਰਾ ਗਏ, ਗਦਰ ਦੀਆਂ ਗੂੰਜਾਂ ਸਾਡੇ ਭਰਾਵਾਂ ਨੇ ਪਾਈਆਂ, ਫਾਂਸੀ 'ਤੇ ਅਸੀਂ ਚੜ੍ਹੇ, ਗੋਰਿਆਂ ਨੂੰ ਅਸੀਂ ਭਜਾਇਆ, ਫਰੰਗੀਆਂ ਨੂੰ ਅਬਦਾਲੀ ਅਸੀਂ ਭਜਾਇਆ। ਆਹ ਜਿਹੜੇ ਰਾਜ ਭਾਗ ਕਰੀ ਜਾਂਦੇ ਆ ਮੁਲਕ 'ਤੇ, ਇਹ ਤਾਂ ਗੁਲਾਮੀ 'ਚੋਂ ਨਹੀਂ ਨਿਕਲਣੇ ਸੀ? ਆਹ ਮੋਦੀ ਕੇ ਆਰਐਸਐਸ ਵਾਲੇ ਆਹ ਸਾਵਰਕਰ ਨੂੰ ਹੀਰੋ ਬਣਾਉਂਦੇ ਆ ਇਹ। ਸਾਵਰਕਰ ਨੇ ਚਿੱਠੀਆਂ ਲਿਖੀਆਂ ਸੀ ਜੇਲ੍ਹ 'ਚ ਬੈਠੇ ਨੇ ਅੰਗਰੇਜ਼ਾਂ ਨੂੰ ਕਿ ਅਸੀਂ ਨਹੀਂ ਭਾਰਤ ਛੋੜੋ ਅੰਦੋਲਨ ਕਰਦੇ, ਸਾਵਰਕਰ ਅਤੇ ਵਾਜਪਾਈ ਨੇ ਕਿ ਸਾਨੂੰ ਤਾਂ ਮਾਫੀਆਂ ਦੇ ਦਿਓ, ਸਾਨੂੰ ਜੇਲ੍ਹ 'ਚੋਂ ਬਾਹਰ ਕੱਢੋ। ਅਤੇ ਦੂਜੇ ਪਾਸੇ ਸਾਡੇ ਬਾਬੇ ਸੀ ਸਰਾਭੇ ਹੋਰੀ, ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਉਹ ਹਿੱਕ ਡਾਹ ਕੇ ਲੜੇ ਆ। ਔਰ ਇਹ ਮੁਲਕ ਸਾਡਾ ਹੈ, ਜਿਹਨੇ ਮੁਲਕ ਨਵਾਂ, ਜਿਹੜੇ ਕਹਿੰਦੇ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ ਇਸ ਮੁਲਕ ਨੂੰ, ਉਹ ਭਾਈ ਕਿਤੇ ਹੋਰ ਜਾ ਕੇ ਬਣਾਓ। ਇਹ ਅਸੀਂ ਕੁਰਬਾਨੀਆਂ ਦੇ ਕੇ, ਇਸ ਇਕੱਲਾ ਪੰਜਾਬ, ਦੇਸ਼ ਪੰਜਾਬ ਇਕੱਲਾ ਸਾਡਾ ਨਹੀਂ, ਸਾਡਾ ਮੁਲਕ ਸਾਡਾ ਹੈ, ਅਸੀਂ ਸਰਦਾਰਾਂ ਨੇ ਬਣਾਇਆ ਹੋਇਆ ਮੁਲਕ ਹੈ, ਅਤੇ ਅਸੀਂ ਇਹਦਾ ਦਾਅਵਾ ਕਰ ਸਕਦੇ ਹਾਂ। ਤੁਸੀਂ ਦੇਖ ਲਓ ਕਿੱਡਾ ਰਾਜ ਭਾਗ ਸੀ, 40 ਦਾ ਰਾਜ ਭਾਗ ਸੀ ਮਹਾਰਾਜਾ ਰਣਜੀਤ ਸਿੰਘ ਦਾ, ਕਿੱਥੋਂ ਤੱਕ ਸੀ? 40 ਤਾਂ ਮਹਾਰਾਜੇ ਨੇ ਜਿਉਂਦੇ ਰਾਜ ਕੀਤਾ, 10 ਵਰੇ ਉਹਦੀ ਮੜੀ ਨੇ ਰਾਜ ਕੀਤਾ। ਉਹ ਕਿਵੇਂ ਅੰਗਰੇਜ਼ਾਂ ਦੀ ਹਿੰਮਤ ਨਹੀਂ ਪਈ ਖਾਲਸਾ ਰਾਜ ਦੇ ਬਾਅਦ, ਜਿੱਤਣ ਤੋਂ ਬਾਅਦ ਵੀ, ਕਿ ਇਹ ਲਾਹੌਰ ਦੇ ਵਿੱਚ ਆ ਕੇ ਰਾਜ ਭਾਗ ਸਾਂਭ ਸਕਣ। ਅੰਗਰੇਜ਼ ਇੰਗਲੈਂਡ ਤੋਂ ਅਤੇ ਕਲਕੱਤੇ ਬੈਠ ਕੇ ਰਾਜ ਭਾਗ ਚਲਾਉਂਦੇ ਰਹੇ, ਕਹਿੰਦੇ ਆ ਨਾ, ਤਾਂ ਹੀ ਕਹਿੰਦੇ ਆ ਵੀ 10 ਉਹਦੀ ਮੜੀ ਰਾਜ ਕਰੇਗੀ। ਡਰਨ ਦੀ ਲੋੜ ਨਹੀਂ, ਇਹ ਜੇ ਸਿੱਖਾਂ ਦਾ ਰਾਜ ਆਊਗਾ, ਕਿਸੇ ਗੁਰੂ ਦੇ ਸਿੱਖ ਦਾ ਰਾਜ ਆਊਗਾ, ਸਿਧਾਂਤਕ ਵਾਲੇ ਬੰਦੇ ਦਾ ਰਾਜ ਆਊਗਾ, ਤਾਂ ਉਹਦੇ ਵਿੱਚ ਸਾਰਿਆਂ ਨੂੰ ਬਰਾਬਰਤਾ ਮਿਲੂਗੀ। ਪਰ ਰਮਨੀਤ ਬਿੱਟੂ, ਉਹ ਵੀ ਤਾਂ ਸਿੱਖ ਨੇ, ਉਹ ਕਹਿੰਦੇ ਕਿ ਜੇ ਅੰਮ੍ਰਿਤਪਾਲ ਜਿੱਤ ਗਏ, ਤੁਹਾਡੇ ਵਰਗੇ ਨੇਤਾ ਜਿੱਤ ਗਏ, ਫਿਰ ਤਾਂ ਉਹਨਾਂ ਨੂੰ ਬਾਹਰ ਜਾਣਾ ਪਊਗਾ। ਬਿੱਟੂ ਕੀ ਕਹਿੰਦਾ, ਬਿੱਟੂ ਕੀ ਕਹਿੰਦਾ, ਇਹਨੂੰ ਅਹਿਮੀਅਤ ਨਾ ਦਿਓ। ਬਿੱਟੂ ਬਾਰੇ ਲੋਕ ਕੀ ਕਹਿੰਦੇ, ਇਹਨੂੰ ਅਹਿਮੀਅਤ ਦਿਓ, ਜਿਨ੍ਹਾਂ ਨੇ ਬਿੱਟੂ ਨੂੰ ਬਣਾਇਆ ਹੈ। ਬਿੱਟੂ ਆਪੇ ਨਹੀਂ ਬਣਿਆ, ਇਹਨਾਂ ਨੇ ਬਣਾਇਆ ਹੈ।
ਇਹ ਲੋਕ ਉਹਦੇ ਬਾਰੇ ਕੀ ਕਹਿੰਦੇ ਆ, ਇਸ ਚੀਜ਼ ਦੀ ਅਹਿਮੀਅਤ ਹੋਣੀ ਚਾਹੀਦੀ ਆ। ਅਤੇ ਭਾਈ ਜੇ ਤੂੰ ਕਹਿੰਦਾ ਹੈ ਵੀ ਪੰਜਾਬ 'ਚ ਰਹਿ ਨਹੀਂ ਸਕਦੇ, ਤੁਸੀਂ ਸਿਆਸਤਦਾਨੋਂ 10-15 ਵਾਰ ਤੂੰ ਪਾਰਲੀਮੈਂਟ 'ਚ ਚਲਾ ਗਿਆ, 15 ਸਾਲ ਹੋ ਗਏ ਤੈਨੂੰ ਪਾਰਲੀਮੈਂਟ 'ਚ ਬੈਠੇ ਨੂੰ, ਸਾਡੇ ਬੱਚੇ ਬਾਹਰ ਕਿਉਂ ਜਾਈ ਜਾਂਦੇ ਆ ਵੀ? ਫਿਰ 12-12 ਸਾਲ ਦੀਆਂ ਸਾਡੀਆਂ ਧੀਆਂ ਪਲੱਸ ਟੂ ਕਰਾ ਕੇ, 15 ਸਾਲ ਦਾ ਬੱਚਾ ਹੁੰਦਾ ਹੈ ਜਿਹਨੂੰ 12ਵੀਂ ਪੜ੍ਹਾ ਕੇ 12ਵੀਂ 'ਚ ਪੜ੍ਹਦੇ ਬੱਚੇ ਨੂੰ ਅਸੀਂ ਆਥਣ ਵੇਲੇ ਗੁਆਂਢ ਨਹੀਂ ਜਾਣ ਦਿੰਦੇ, ਅਸੀਂ ਆਪਦੀਆਂ ਧੀਆਂ ਨੂੰ ਬੇਗਾਨੇ ਮੁਲਕ ਤੋਰੀ ਜਾਂਦੇ ਹਾਂ। ਕੌਣ ਜ਼ਿੰਮੇਵਾਰ ਆ? ਰਾਜਪਾਲ ਕਿਹਦਾ ਸੀ? ਕਿੰਨਾ ਲੋਕਾਂ ਨੇ ਸਰਕਾਰ ਚਲਾਈ ਹੈ? ਤੁਸੀਂ ਕਹਿੰਦੇ ਹੋ ਬਾਹਰ ਚਲੇ ਬਾਹਰ ਰਹਾਂਗੇ, ਜਿੰਨਾ ਚਿਰ ਅੰਮ੍ਰਿਤਪਾਲ ਸਿੰਘ ਅਤੇ ਉਹਦੇ ਸਾਥੀ ਪੰਜਾਬ ਸੀ, ਕਿੰਨੇ ਲੋਕਾਂ ਨੂੰ ਬਾਹਰ ਕੱਢਤਾ ਸੀ? ਕਿੰਨੇ ਲੋਕਾਂ ਨੂੰ ਖਤਰਾ ਸੀ? ਕੀ ਕੀਤਾ ਜਾ ਰਿਹਾ ਸੀ? ਪੁੱਛੋ ਬਿੱਟੂ ਨੂੰ ਜਾ ਕੇ, ਆਨੰਦਪੁਰ ਸਾਹਿਬ ਦਾ ਰਾਹ ਦਿਖਾ ਰਹੇ ਸੀ। ਜਿਹੜਾ ਕੰਮ ਭਾਈ ਤੁਹਾਡਾ ਸੀ ਸਰਕਾਰਾਂ ਦੇ ਵਿੱਚ, ਨਸ਼ਾ ਬੰਦ ਕਰਾਉਣਾ, ਉਹ ਬੰਦ ਕਰਾ ਰਹੇ ਸੀ। ਬਿੱਟੂ ਨੇ ਭੁੱਖ ਹੜਤਾਲ ਕੀਤੀ ਸੀ ਡੀ ਸੀ ਦਫ਼ਤਰ ਦੇ ਬਾਹਰ ਜਦੋਂ ਐੱਮ ਪੀ ਸੀ ਆਨੰਦਪੁਰ ਸਾਹਿਬ ਤੋਂ, ਯੂਥ ਕਾਂਗਰਸ ਦਾ ਪ੍ਰਧਾਨ ਸੀ, ਨਸ਼ੇ ਦੇ ਖਿਲਾਫ਼ ਅਕਾਲੀ ਦਲ ਦੀ ਸਰਕਾਰ ਸੀ, ਡਰੱਗ ਪ੍ਰਵੈਂਸ਼ਨ ਬੋਰਡ ਬਣਾਉਣ ਦੀ ਲੜਾਈ ਲੜੀ ਸੀ। ਕਮਲਜੀਤ ਸਿੰਘ ਬਰਾੜ ਵੀ ਉਦੋਂ ਕਾਂਗਰਸੀ ਸੀ, ਮੈਂ ਵੀ ਯੂਥ ਕਾਂਗਰਸ ਸੀ। ਕਮਲਜੀਤ ਸਿੰਘ ਬਰਾੜ ਪ੍ਰਕਾਸ਼ ਸਿੰਘ ਬਾਦਲ ਦੇ ਸੰਗ ਦਰਸ਼ਨ 'ਚ ਇਕੱਲਾ ਵੜ ਗਿਆ ਸੀ, ਸਰਕਾਰ ਅਕਾਲੀਆਂ ਦੀ ਸੀ, ਸਿਰਫ ਇਸ ਗੱਲ ਵਾਸਤੇ ਕਿ ਮੇਰੇ ਭਰਾ ਬੈਠੇ ਭੁੱਖ ਹੜਤਾਲ 'ਤੇ, ਕਿਉਂਕਿ ਬਿੱਟੂ ਤਾਂ ਰੋਟੀਆਂ ਖਾ ਲੈਂਦਾ ਸੀ, ਸਾਰਿਆਂ ਨਾਲ ਬੈਠਾ ਸੀ। 25-30 ਨੌਜਵਾਨ ਭੁੱਖ ਹੜਤਾਲ 'ਤੇ ਬੈਠੇ ਸੀ, ਉਹ ਵਿਚਾਰੇ ਕਦੇ ਕਿਹੜਾ ਡਿੱਗ ਪਿਆ, ਕਦੇ ਕਿਹੜਾ ਡਿੱਗ ਪਿਆ, ਕਿਸੇ ਨੂੰ ਅਸੀਂ DMC ਲੈ ਗਏ, ਕਿਸੇ ਕਿਹੜੇ ਹਸਪਤਾਲ ਲੈ ਗਏ, ਮੈਂ ਇੱਥੋਂ ਹਾਲਤ ਵੇਖੀ ਨਹੀਂ ਗਈ। ਅਗਲੇ ਦਿਨ ਬਾਦਲ ਦਾ ਸੰਗ ਦਰਸ਼ਨ ਸੀ ਜਗਰਾਉਂ ਦੇ ਇੱਕ ਪੈਲਸ ਦੇ ਵਿੱਚ, ਕਮਲਜੀਤ ਸਿੰਘ ਉਹਨਾਂ ਨੌਜਵਾਨਾਂ ਦੀ ਲੜਾਈ ਲੜਨ ਉੱਥੇ ਵੜ ਗਿਆ ਸੀ। ਚਾਹੇ ਕਮਲਜੀਤ ਸਿੰਘ ਦੇ ਪਰਚਾ ਵੀ ਹੋ ਸਕਦਾ ਸੀ, ਸਾਰੀ ਪੁਲਿਸ ਸਾਰਾ ਤੰਤਰ ਉਹਨਾਂ ਦਾ ਸੀ, ਸਮਝੇ ਨਹੀਂ? ਇਹ ਲੜਾਈ ਸਾਨੂੰ ਲੜਨੀ ਆਉਂਦੀ ਆ। ਜਿਹੜੀ ਲੜਾਈ ਤੁਸੀਂ ਲੜ ਰਹੇ ਹੋ, ਇਸ ਲੜਾਈ ਦੇ ਵਿੱਚ ਜਿਹੜੇ ਜਿਨ੍ਹਾਂ ਨੇ 80-90 ਦਸ਼ਕ ਦੇ, ਜੇ ਆਪਾਂ ਬਜ਼ੁਰਗਾਂ ਨਾਲ ਗੱਲ ਕਰਦੇ ਹਾਂ, ਉਹਨਾਂ ਦੇ ਅੰਦਰ ਡਰ ਵੀ ਹੈਗਾ ਕਿ ਦੁਬਾਰਾ ਪੰਜਾਬ ਦੇ ਹਾਲਾਤ ਖਰਾਬ ਨਾ ਹੋ ਜਾਣ। ਹੁਣ ਤੁਸੀਂ ਇਸ ਲੜਾਈ ਦੇ ਮੋਢੀ ਬਣੇ ਹੋ, ਤੁਸੀਂ ਸੰਭਾਲ ਪਾਓਗੇ ਹਰ ਚੀਜ਼ਾਂ ਨੂੰ? ਜੋ ਤੁਹਾਡਾ ਮਿਸ਼ਨ ਹੈ ਕਿ ਨਸ਼ਾ ਖਤਮ ਕਰਨਾ ਹੈ, ਅੰਮ੍ਰਿਤ ਛਕਾਉਣਾ ਹੈ, ਕਿ ਇੱਥੇ ਤੱਕ ਹੀ ਰਹੂਗਾ, ਹਾਲਾਤ ਤਾਂ ਨਹੀਂ ਖਰਾਬ ਹੋਣਗੇ ਪੰਜਾਬ ਦੇ? ਮੈਂ ਤਾਂ ਕਹਿੰਦਾ 6 ਮਹੀਨੇ ਵੀ ਹੀਰਾਂ ਚੱਲੀਆਂ ਨੇ, ਤੁਸੀਂ ਦੱਸ ਦਿਓ ਕਿਹੜੇ ਹਾਲਾਤ ਖਰਾਬ ਹੋਏ ਸੀ 6 ਮਹੀਨੇ? ਖਾਲਸਾ ਦਾ ਸਹਿਮ ਦਾ ਮੋਲ ਉਦੋਂ ਆ ਗਿਆ ਸੀ। ਦੇਖੋ NSA, ਦੇਖੋ ਨੌਜਵਾਨਾਂ ਤੇ NSA, ਅੰਮ੍ਰਿਤਪਾਲ ਦੇ ਨਾਲ ਹੋਰਾਂ ਤੇ ਵੀ ਤੇ ਲੱਗੀ ਹੈ, ਪਰਚੇ ਹੋਰਾਂ ਤੇ ਵੀ ਦਰਜ ਹੋਏ ਨੇ। ਇਹ ਸਰਕਾਰ ਨੂੰ ਸਵਾਲ ਬਣਦਾ ਜੀ ਵੀ ਨੈਸ਼ਨਲ ਸਿਕਿਉਰਿਟੀ ਐਕਟ ਲਾਤਾ ਤੁਸੀਂ, ਕਿੱਥੇ ਖਤਰਾ ਹੋਇਆ? ਨੈਸ਼ਨਲ ਸਿਕਿਉਰਿਟੀ ਐਕਟ ਉਹਦੇ 'ਤੇ ਕਿਉਂ ਨਹੀਂ ਲੱਗਿਆ ਜਿਹਨੇ ਜੇਲ੍ਹ ਦੇ ਵਿੱਚ ਬੈਠੇ ਗੈਂਗਸਟਰ ਨੇ ਇੰਟਰਵਿਊ ਕੀਤੀ ਆ? ਉਸ ਪੱਤਰਕਾਰ ਨੂੰ ਬੁਲਾ ਕੇ ਕਾਹਤੋਂ ਨਹੀਂ ਸਰਕਾਰ ਨੇ ਥਾਣੇ ਵਾਲੇ ਨੇ ਅੱਜ ਤੱਕ ਪੁੱਛਿਆ ਵੀ ਤੇਰੇ ਕੋਲ ਕਿੱਥੋਂ ਕੰਟੈਕਟ ਨੰਬਰ ਆ ਗਿਆ ਲਾਰੈਂਸ ਬਿਸ਼ਨੋਈ ਦਾ? ਨਾ ਕਾਂਗਰਸ ਦਾ ਪ੍ਰਧਾਨ ਬੋਲਿਆ, ਨਾ ਹਰਵਨੀਤ ਬਿੱਟੂ ਬੋਲਿਆ। ਇਹਨਾਂ ਨੂੰ ਬੋਲਣਾ ਚਾਹੀਦਾ ਸੀ ਕਿ ਜੇਲ੍ਹਾਂ 'ਚੋਂ ਇੰਟਰਵਿਊ ਹੋ ਰਹੀਆਂ ਪੰਜਾਬ 'ਚ, ਤੁਸੀਂ ਭਗਵੰਤ ਮਾਨ ਨਾਲ ਰਲੇ ਹੋਏ ਹੋ, ਤੁਸੀਂ ਉਹਦੇ ਖਿਲਾਫ਼ ਨਹੀਂ ਬੋਲਦੇ, ਕੋਈ ਤੁਹਾਨੂੰ ਡਰ ਹੈ? ਤੁਸੀਂ ਚੋਰੀਆਂ ਕੀਤੀਆਂ ਹੋਈਆਂ, ਤੁਸੀਂ ਬੱਸਾਂ ਦੀਆਂ ਬਾਡੀਆਂ 'ਚੋਂ ਪੈਸੇ ਖਾਧੇ ਆ, ਤਾਂ ਕਰਕੇ ਨਹੀਂ ਬੋਲਦੇ? ਭਗਵੰਤ ਮਾਨ ਅੰਦਰ ਕਰ ਦੂੰ, ਉੱਥੇ ਬੋਲੋ ਜਿਹਨੇ ਤੁਹਾਡਾ ਭਰਾ ਮਾਰਿਆ ਹੈ। 117 MLA ਚੋਣ ਲੜਦੇ ਆ ਹਰੇਕ ਪਾਰਟੀ ਦੇ, 117 'ਚੋਂ ਇੱਕ ਦਾ ਕਤਲ ਕਰ ਦਿੱਤਾ ਜਾਂਦਾ ਹੈ। ਉਸ ਕਤਲ ਦੇ ਇਨਸਾਫ਼ ਲਈ, ਉਸ ਮਾਪਿਆਂ ਦੇ ਇਨਸਾਫ਼ ਲਈ 116 ਜਣਿਆਂ 'ਚੋਂ ਦੱਸਣ ਕੌਣ ਕਿਹੜਾ ਭੁੱਖ ਹੜਤਾਲ 'ਤੇ ਬੈਠਾ, ਕਿਹੜਾ ਧਰਨੇ 'ਤੇ ਬੈਠਾ? ਉਹ ਜਿਹੜਾ ਮਾਰਨ ਵਾਲਾ ਹੈ ਉਹ ਜੇਲ੍ਹ 'ਚੋਂ ਇੰਟਰਵਿਊ ਕਰ ਰਿਹਾ, ਉਹਦੇ 'ਤੇ NSA ਕਿਉਂ ਨਹੀਂ ਲੱਗੀ ਬਈ? ਅੰਮ੍ਰਿਤ ਛਕਾਉਣ ਵਾਲਾ 'ਤੇ NSA ਲੱਗ ਰਹੀ ਆ, ਨਸ਼ਾ ਛਡਾਉਣ ਵਾਲਾ 'ਤੇ NSA ਲੱਗ ਰਹੀ ਆ, ਫਿਰ ਅਸੀਂ ਰਾਜ ਭਾਗ ਦੀ ਮੰਗ ਕਿਉਂ ਨਾ ਕਰੀਏ ਆਪਦੇ ਦੀ? ਸਾਡਾ ਖਿੱਤਾ ਹੈ, ਸਾਡੇ ਖਿੱਤੇ 'ਚ ਹੀ, ਉਹ ਵੀ ਆਨੰਦਪੁਰ ਸਾਹਿਬ ਪੰਜਾਬ ਦੇ ਵਿੱਚ ਆ, ਜਿੱਥੋਂ ਗੁਰੂ ਸਾਹਿਬ ਨੇ ਸੁਨੇਹਾ ਦਿੱਤਾ, ਜਿੱਥੋਂ ਖਾਲਸੇ ਦਾ ਜਨਮ ਹੋਇਆ, ਜਿੱਥੋਂ ਗੁਰੂ ਸਾਹਿਬ ਨੇ ਕਿਹਾ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਅਤੇ ਉਸ ਧਰਤੀ 'ਤੇ ਅੰਮ੍ਰਿਤ ਛਕਾਉਣ ਵਾਲਿਆਂ ਨੂੰ ਜੇਲ੍ਹਾਂ ਫੁੱਲ ਵਰਸਾਉਣੇ ਚਾਹੀਦੇ ਸੀ ਉਹਨਾਂ 'ਤੇ ਕਿ ਪੰਜਾਬ ਦੀ ਜਵਾਨੀ ਨੂੰ ਆਨੰਦਪੁਰ ਸਾਹਿਬ ਦਾ ਮਾਰਗ ਦਿਖਾ ਰਹੇ ਹੋ। ਜਿਹੜੀ ਆਈਡੀਓਲੋਜੀ ਦੀ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਇੱਕ ਟਕਸਾਲੀ ਕਾਂਗਰਸੀ ਪਰਿਵਾਰ ਤੋਂ ਆਉਂਦੇ ਹੋ, ਪਿਤਾ ਤੁਹਾਡੇ ਸਾਬਕਾ ਮੰਤਰੀ ਹਜੇ ਵੀ ਨਿਰੋਲ ਕਾਂਗਰਸੀ ਨੇ, ਉਹ ਤਾਂ ਇਹ ਆਈਡੀਓਲੋਜੀ 'ਤੇ ਐਂਟੀ ਕਾਂਗਰਸ ਹੀ ਮੰਨੀ ਜਾਂਦੀ ਹੈ,
ਤੁਸੀਂ ਤੁਹਾਡਾ ਧਿਆਨ ਇੱਧਰ ਕਿਵੇਂ ਗਿਆ? ਮੈਂ ਜਾਣਨਾ ਚਾਹਾਂਗਾ, ਸ਼ੁਰੂਆਤ ਤੋਂ ਦੱਸੋ ਜ਼ਰਾ ਕਦੋਂ ਤੁਹਾਡਾ, ਕਿਉਂਕਿ ਬਿਲਕੁਲ ਆਈਡੀਓਲੋਜੀ ਡਿਫਰੈਂਟ ਹੈ ਨਾ, ਇਹਨੂੰ ਆਪਾਂ ਭਾਵੇਂ ਸ਼ਬਦਾਂ 'ਚ ਇੱਧਰ ਉੱਧਰ ਕਰ ਲਈਏ, ਬਿਲਕੁਲ ਇੱਕ ਐਂਟੀ ਕਾਂਗਰਸ ਆਈਡੀਓਲੋਜੀ ਔਰ ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ, ਮਤਲਬ ਇਹਦਾ ਮਤਲਬ ਤੁਸੀਂ ਸਮਝਦੇ ਹੋ ਵੀ ਕਾਂਗਰਸ ਧਰਮ ਦੇ ਖਿਲਾਫ਼ ਆ? ਨਹੀਂ, ਜਿਹੜੇ ਲੋਕ ਇਸ ਆਈਡੀਓਲੋਜੀ ਫੋਲੋ ਕਰਦੇ ਉਹ ਤਾਂ ਐਂਟੀ ਕਾਂਗਰਸ ਹੀ ਦੱਸਦੇ ਆ। ਨਹੀਂ ਨਹੀਂ ਨਹੀਂ, ਉਹ ਲੋਕ ਉਹ ਦੱਸਦੇ ਆ, ਤੁਸੀਂ ਦੱਸੋ ਰੋਲ ਕਾਂਗਰਸ ਸੀ, ਤੁਸੀਂ ਜ਼ਿਆਦਾ ਬਿਹਤਰ ਮੇਰੇ ਤੋਂ ਬਿਹਤਰ ਦੱਸ ਸਕਦੇ ਹੋ। ਜਿਹਨਾਂ ਦੀਆਂ ਕੁਰਸੀਆਂ ਨੂੰ ਖਤਰਾ ਹੈ ਨਾ, ਉਹ ਇਹਦੇ ਤੋਂ ਖਤਰਾ ਮੰਨਦੇ ਆ। ਬਚਪਨ ਤੋਂ ਆਦਤ ਹੈ, ਅਸੀਂ 9 ਭੈਣ ਭਰਾ ਹੈ, ਪਿਤਾ ਜੀ ਹੋਰੀ 3 ਭਰਾ ਨੇ, ਇੱਕ ਭੈਣ ਆ ਉਹਨਾਂ ਦੀ, ਸਾਡੇ ਭੂਆ ਜੀ, 9 ਬੱਚੇ ਅਸੀਂ 3 ਭਰਾਵਾਂ ਦੇ। ਘਰ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਬਚਪਨ ਦੇ ਵਿੱਚ ਹੀ ਅਸੀਂ ਕਿਉਂ ਸੁਰਤ ਜੀ ਸੰਭਾਲੀ ਆ, ਘਰ ਗੁਰੂ ਸਾਹਿਬ ਪ੍ਰਕਾਸ਼ ਨੇ ਹਦਾਇਤ ਸੀ ਸਾਰੇ ਬੱਚਿਆਂ ਨੂੰ, ਭੈਣਾਂ ਭਰਾਵਾਂ ਨੂੰ, ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰੂ ਸਾਹਿਬ ਦੇ ਕਮਰੇ ਜਾ ਕੇ ਬਾਣੀ ਪੜ੍ਹਨੀ ਆ, ਆਸਣ ਵੇਲੇ ਰਹਿਰਾਸ ਸਾਹਿਬ ਦਾ ਵੇਲਾ ਉਦੋਂ ਬਾਣੀ ਪੜ੍ਹਨੀ ਆ। ਔਰ ਇੱਕ ਉਦੋਂ ਸਮਾਂ ਹੀ ਇਹੋ ਜਿਹਾ ਸੀਗਾ, ਉਹ ਵੇਲਾ ਜਿਹੜੇ ਵੇਲੇ ਅਸੀਂ ਛੋਟੇ ਛੋਟੇ ਸੀ, 5-5 ਸਾਲ ਦੇ ਹੋਵਾਂਗੇ, ਅਤੇ ਬਾਪੂ ਜੀ ਜਾਂ ਤਾਂ ਰਾਤ ਨੂੰ 2 ਵਜੇ ਆਉਂਦੇ ਸੀ ਘਰ, ਅਤੇ ਜਾਂ ਫਿਰ ਸ਼ਾਮ ਨੂੰ 6 ਵਜੇ ਆ ਜਾਂਦੇ ਸੀ, ਅਤੇ ਸਾਨੂੰ ਇਹ ਹੁੰਦਾ ਸੀ ਵੀ ਪਿਤਾ ਜੀ ਬਾਹਰ ਨੇ, ਘਰੋਂ ਬੱਚੇ ਸੀ, ਅਸੀਂ ਗੁਰੂ ਸਾਹਿਬ ਦੇ ਕਮਰੇ 'ਚ ਬੈਠ ਕੇ ਪਾਠ ਕਰਦੇ ਸੀ, ਅਤੇ ਸਹੀ ਸਲਾਮਤ ਵੀ ਤੰਦਰੁਸਤੀ ਨਾਲ ਘਰ ਆ ਜਾਣ, ਉਹ ਵੇਲਾ ਹੀ ਇਹੋ ਜਿਹਾ ਸੀ, ਬੰਦੇ ਦਾ ਪਤਾ ਹੀ ਨਹੀਂ ਹੁੰਦਾ ਸੀ ਘਰ ਮੁੜਨਾ ਕਦੇ। ਸੋ ਬਚਪਨ ਤੋਂ ਮਾਪਿਆਂ ਨੇ ਇੱਧਰ, ਇਹ ਮਾਪੇ ਇਸ ਗੱਲ ਦੇ ਨਾ, ਹਰ ਇੱਕ ਬੱਚੇ ਦੀ ਆਦਤ ਦੇ ਚੰਗੀ ਮਾੜੀ ਦੇ ਮਾਪੇ ਜ਼ਿੰਮੇਵਾਰ ਆ। ਮਾਪੇ ਧਿਆਨ ਦੇਣਗੇ ਬੱਚਿਆਂ ਵੱਲ, ਮਾਪੇ ਗੁਰੂ ਨਾਲ ਜੋੜਨਗੇ, ਬੱਚੇ ਗੁਰੂ ਵੱਲ ਜੁੜ ਜਾਂਦੇ ਆ। ਸੋ ਇਹ ਬਚਪਨ ਤੋਂ ਹੀ ਆ। ਤੁਸੀਂ ਦੇਖੋ 1992 'ਚ ਮੈਂ ਚੰਡੀਗੜ੍ਹ ਪੜ੍ਹਨ ਚਲਾ ਗਿਆ, ਪਿਤਾ ਜੀ MLA ਬਣੇ, ਮੈਂ ਉੱਥੇ ਦਾਖਲਾ ਲੈ ਲਿਆ। ਛੋਟਾ ਸੀ ਮੈਂ, ਅਤੇ ਮੈਂ ਅਖਬਾਰ ਪੜ੍ਹਨਾ ਅਜੀਤ, ਅੱਜ ਤੱਕ ਨਹੀਂ ਮੈਂ ਸ਼ੇਅਰ ਕੀਤੀ ਇਹ ਗੱਲ ਕਿਸੇ ਨਾਲ, ਅਤੇ ਉਹਦੇ ਵਿੱਚ ਨਾ ਸਾਡੇ ਸੰਘਰਸ਼ੀ ਸਿੰਘਾਂ ਦੀਆਂ ਫੋਟੋ ਆਉਣੀਆਂ ਕਿ ਅੱਜ ਫਲਾਨਾ ਸਿੰਘ ਹਲਾਕ, ਫਲਾਨਾ ਸਿੰਘ ਹਲਾਕ ਕਰਤਾ, ਪੁਲਿਸ ਮੁਕਾਬਲੇ 'ਚ ਹਲਾਕ, ਹਾਲਾਂਕਿ ਪੁਲਿਸ ਫੜ ਫੜ ਕੇ ਮਾਰਦੀ ਸੀ, ਅਤੇ ਨਾ ਮੈਂ ਜਾਣਦਾ ਸੀ ਸਾਰਿਆਂ ਦੇ। ਪਤਾ ਨਹੀਂ ਕੁਦਰਤੀ ਮੇਰੀ ਅਟੈਚਮੈਂਟ ਸੀ ਮੇਰੇ ਮਨ ਦੇ ਵਿੱਚ ਹੀ ਸੀ ਕਿ ਬਹੁਤ ਚੰਗਾ ਕੰਮ ਕਰ ਰਹੇ ਨੇ, ਚੰਗੇ ਨੇ ਜੀ, ਇਹ ਸਾਡੇ ਰਾਖੇ ਨੇ, ਰਖਵਾਲੇ ਨੇ ਕੁਦਰਤੀ ਤੌਰ 'ਤੇ। ਅਤੇ ਜਦੋਂ ਕਿਸੇ ਨੇ ਫੜਿਆ ਜਾਣਾ, ਕਿਸੇ ਦੀ ਹਲਾਕ ਦੀ ਖਬਰ ਆਉਣੀ, ਤਾਂ ਮੈਂ ਉਹ ਅਖਬਾਰ ਲੈ ਕੇ ਇਕੱਲੇ ਨੇ ਰੋਣਾ। ਇਹ ਸਾਡੇ ਘਰਦਿਆਂ ਨੂੰ ਵੀ ਨਹੀਂ ਪਤਾ ਅੱਜ ਤੱਕ ਗੱਲ, ਮੇਰੀ ਮਾਂ ਨੂੰ ਵੀ ਨਹੀਂ ਪਤਾ ਹੋਣੀ ਇਹ ਗੱਲ ਵੀ ਮੈਨੂੰ ਇੰਨੀ ਤਕਲੀਫ ਹੋਣੀ ਵੀ ਆਹ ਵੀ ਮਾਰਤਾ, ਜਾਂ ਸਾਡਾ ਆਹ ਵੀ ਮਾਰਤਾ ਯਾਰ, ਪਤਾ ਨਹੀਂ ਮੇਰੀ ਇੱਕ ਨਿੱਜੀ ਤੌਰ 'ਤੇ ਜੁੜਿਆ ਹੋਇਆ ਸੀ, ਕੁਦਰਤੀ ਹੁੰਦਾ, ਇਹ ਕਿਸੇ ਦੇ ਵੱਸ ਦੀ ਗੱਲ ਨਹੀਂ। ਅਤੇ ਅਕਸਰ ਅਸੀਂ ਦੋਸਤਾਂ 'ਚ ਬੈਠਦੇ ਹਾਂ ਤਾਂ ਅਸੀਂ ਵਿਚਾਰਾਂ ਗੁਰਬਾਣੀ ਦੀਆਂ ਹੀ ਕਰਦੇ ਹਾਂ, ਜਿਹੜੇ ਮੇਰੇ ਦੋਸਤ ਅਸੀਂ ਬੈਠ ਕੇ ਕੋਈ ਫਾਲਤੂ ਗੱਲਾਂ ਨਹੀਂ ਕਰਦੇ, ਇਤਿਹਾਸ ਦੀਆਂ ਗੱਲਾਂ, ਹਿਸਟਰੀ ਦੀਆਂ ਗੱਲਾਂ, ਸਾਡੇ ਸੂਰਮਿਆਂ ਯੋਧਿਆਂ ਦੀਆਂ ਗੱਲਾਂ ਹੀ ਕਰਦੇ ਹਾਂ। ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਮੀਡੀਆ ਦਾ ਯੁੱਗ ਕਰਕੇ ਇਹ ਗੱਲਾਂ ਮੈਂ ਮੀਡੀਆ 'ਚ ਕਰਨ ਲੱਗ ਗਿਆ, ਤਾਂ ਮੀਡੀਆ ਰਾਹੀਂ ਸਾਹਮਣੇ ਆਈਆਂ, ਤਾਂ ਲੋਕਾਂ ਨੂੰ ਇਹ ਲੱਗਿਆ ਕਿ ਖੌਰੇ ਕਮਲਜੀਤ ਨੂੰ ਹੁਣ ਹੀ ਪੰਥ ਨਾਲ ਪ੍ਰੇਮ। ਸੋ ਇਹ ਅਸਲੀਅਤ ਆ ਹੈ। ਤੁਹਾਡੇ ਪਿਤਾ ਜੀ ਨੇ ਕਦੀ ਤੁਹਾਡੇ ਨਾਲ ਗੱਲ ਕਰਦੇ ਨੇ ਕਿ ਤੂੰ, ਤੇਰਾ ਰਸਤਾ, ਤੇਰਾ ਵਿਚਾਰ ਥੋੜ੍ਹਾ ਜਿਹਾ ਮੇਰੇ ਤੋਂ ਵੱਖਰਾ? ਨਹੀਂ, ਵਿਚਾਰ ਵੱਖਰਾ ਨਹੀਂ, ਵੱਖਰਾ ਵਿਚਾਰ, ਵੱਖਰਾ ਕਿਉਂ ਕਹਿੰਦੇ ਹੋ, ਵਿਚਾਰ ਹੋਣਾ ਹੀ ਇਹ ਚਾਹੀਦਾ ਹੈ। ਧਰਮ ਨੂੰ ਛੱਡ ਕੇ ਮੈਂ ਉਦਾਂ ਦੂਜੀ ਆਈਡੀਓਲੋਜੀ ਦੀ ਗੱਲ ਕਰਦਾ, ਸਾਡਾ ਸਿਧਾਂਤ ਆ ਮੀਰੀ ਪੀਰੀ ਦਾ, ਸਿਵੇਂ ਪਿਤਾ ਜੀ ਕੀ ਕਹਿੰਦੇ ਨੇ, ਚਲੋ ਛੱਡ ਦਿਓ, ਮੇਰੇ ਪਿਤਾ ਜੀ ਕੀ ਕਹਿੰਦੇ ਨੇ? ਦੇਖੋ, ਜਿਸ ਜਗ੍ਹਾ 'ਤੇ, ਕਿਸੇ ਜਗ੍ਹਾ 'ਤੇ ਇਹ ਨਹੀਂ, ਇਸ ਗੱਲ ਦੀ ਨਹੀਂ, ਧਰਮ ਦੀ ਗੱਲ ਨਹੀਂ, ਵੈਸੇ ਜਿਸ ਜਗ੍ਹਾ 'ਤੇ ਮੈਂ ਕਈ ਵਾਰ ਗਲਤ ਹੁੰਦਾ, ਮੇਰੇ ਬਾਪੂ ਆ ਘੂਰ ਵੀ ਦਿੰਦੇ, ਅਸੀਂ ਦੋਸਤਾਂ ਵਾਂਗ ਵੀ ਰਹਿੰਦੇ ਹਾਂ, ਭਰਾਵਾਂ ਵਾਂਗ ਵੀ ਰਹਿੰਦੇ ਹਾਂ, ਇੱਕ ਮਰਿਆਦਾ ਵੀ ਹੈ ਬਾਪ ਬੇਟੇ ਦੀ, ਉਹ ਵੀ ਰੱਖਦੇ ਹਾਂ ਅਸੀਂ, ਅਤੇ ਕਈ ਜਗ੍ਹਾ 'ਤੇ ਮੈਂ ਲੜਦਾ ਉਹਨਾਂ ਨਾਲ ਕਿ ਆਹ ਤੁਹਾਡੀ ਗੱਲ ਸਹੀ ਨਹੀਂ, ਆਹ ਗੱਲ 'ਤੇ ਤੁਸੀਂ ਗਲਤ ਹੋ, ਆਹ ਤੁਹਾਡਾ ਸਿਧਾਂਤ ਸਹੀ ਨਹੀਂ, ਕਈ ਜਗ੍ਹਾ 'ਤੇ ਮੈਂ ਵੀ ਲੜਦਾ। ਚੋਣ ਲੜਨ ਦੇ ਫੈਸਲੇ 'ਤੇ ਕੌਣ ਕਿਹਦੇ ਨਾਲ ਲੜਿਆ, ਤੁਸੀਂ ਬਾਪੂ ਨਾਲ ਲੜਿਆ ਜਾਂ ਬਾਪੂ ਜੀ ਤੁਹਾਨੂੰ ਡਾਂਟਿਆ? ਬਾਪੂ ਜੀ ਮੈਨੂੰ ਕਹਿੰਦੇ ਸੀ ਕੁਛ ਸਾਲ, ਕਈ ਮਹੀਨੇ ਪਹਿਲਾਂ, ਪੁੱਤ ਕਾਂਗਰਸ ਵੱਲੋਂ ਲੜ ਲਾ ਅਤੇ ਤੂੰ ਕਾਂਗਰਸ ਵੱਲੋਂ ਲੜ ਲਾ। ਮੈਂ ਕਿਹਾ ਬਾਪੂ ਤੈਨੂੰ ਪਤਾ ਆਪਾਂ ਕਿਸੇ ਬੰਦੇ ਮੂਹਰੇ, ਸਿਆਸਤਦਾਨ ਮੂਹਰੇ ਹੱਥ ਨਾ ਅੱਡੇ ਆ ਅਤੇ ਨਾ ਅੱਡਣੇ ਆ, ਹੱਥ ਅੱਡਾਂਗੇ ਪਾਤਸ਼ਾਹ ਦੇ ਮੂਹਰੇ, ਉਹਦੇ ਮੂਹਰੇ ਅੱਡਣੇ ਵੀ ਨਹੀਂ ਪੈਂਦੇ। ਨਾਰਾਜ਼ ਤਾਂ ਨਹੀਂ ਤੁਹਾਡੇ ਕੋਲ? ਨਹੀਂ ਨਹੀਂ ਨਹੀਂ, ਜੇ ਪਾਤਸ਼ਾਹ ਦੇ ਸੰਦੇਸ਼ 'ਤੇ ਚੱਲੋ ਨਾ, ਉਹਦੇ ਮਿਸ਼ਨ 'ਤੇ ਚੱਲੋ, ਉਹਦੇ ਮੂਹਰੇ ਹੱਥ ਨਹੀਂ ਅੱਡਣੇ ਪੈਂਦੇ, ਉਹ ਸਾਰੀਆਂ ਚੀਜ਼ਾਂ ਆਪੇ ਹੀ ਥੋੜ੍ਹੀ ਝੋਲੀ 'ਚ ਪਾਈ ਜਾਂਦਾ।
ਮਤਲਬ ਪ੍ਰਮਾਤਮਾ ਪੂਰੇ ਵੀ ਅੱਡਣ ਦੀ ਲੋੜ ਨਹੀਂ ਫਿਰ, ਕਿਉਂਕਿ ਮੈਂ ਉਹੀ ਦੇਖਣਾ ਤੁਹਾਡੀ ਗੱਡੀਆਂ ਤੇ ਤੁਹਾਡੇ ਪੋਸਟਰ ਤੇ ਬਾਪੂ ਜੀ ਦੀ ਵੀ ਫੋਟੋ ਹੈਗੀ ਹੈ, ਦਰਸ਼ਨ ਸਿੰਘ ਬਰਾੜ ਦੀ ਵੀ ਫੋਟੋ ਹੈਗੀ, ਬਾਪੂ ਮੈਨਾਂ ਕਹਦੇ ਆ ਆਪਾਂ, ਅਮਰਪਾਲ ਦੀ ਵੀ ਫੋਟੋ ਹੈਗੀ, ਤਸਵੀਰ ਹੈਗੀ ਨਾਲ, ਅਮਰਪਾਲ ਭਰਾ ਹੈ ਸਾਡਾ ਤੇ ਉਹ ਬਾਪੂ ਆ ਸਾਡਾ। ਬਾਪੂ ਜੀ ਕਹਿੰਦੇ ਨਹੀਂ ਕਿ ਨਾ ਯਾਰ ਇਦਾਂ ਨਾ ਕਰ, ਇਹ ਤਸਵੀਰਾਂ ਬਾਰੇ ਨਹੀਂ ਕੁਝ ਕਹਿੰਦੇ? ਨਹੀਂ ਨਹੀਂ, ਕਾਹਤੋਂ ਕਹਿਣਗੇ ਬਾਪੂ ਜੀ, ਬਾਪੂ ਜੀ ਦਾ ਆਸ਼ੀਰਵਾਦ ਪ੍ਰਾਪਤ ਆ। ਦੇਖੋ ਆ ਉਹ, ਚਲੋ ਗੱਲ ਚਲਾ ਲਈਏ, ਤੁਸੀਂ ਹੁਣ ਝੰਡਾ ਦੇਖੋ ਉੱਪਰ ਲੱਗਿਆ ਹੋਇਆ ਖਾਲਸਾ ਰਾਜ ਦਾ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਝੰਡਾ ਹੈ। ਹਾਂ, ਉਹ ਝੰਡਾ ਹੋ ਗਿਆ ਨਾ। ਹੈਰਾਨੀ ਵਾਲੀ ਗੱਲ ਸੁਣੋ ਤੁਸੀਂ ਹੁਣ, ਕੱਲ੍ਹ ਦੀ ਗੱਲ ਦੱਸਦਾ ਮੈਂ ਤੁਹਾਨੂੰ। ਮੈਨੂੰ ਕੱਲ੍ਹ, ਅਸੀਂ ਕੱਲ੍ਹ ਖਡੂਰ ਸਾਹਿਬ ਜਾ ਰਹੇ ਸੀ ਪ੍ਰਚਾਰ ਕਰਨ, ਉੱਧਰ ਆਪਣੇ ਭਰਾ ਲਈ, ਉੱਥੇ ਸਾਡੇ ਬਹੁਤ ਸਾਰੇ ਕਾਂਗਰਸੀ ਪੰਚ, ਸਰਪੰਚ, ਚੇਅਰਮੈਨ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ, ਇੱਥੇ ਤਾਂ ਕਾਂਗਰਸ ਦੇ ਬਲਾਕ ਪ੍ਰਧਾਨ, ਉਹਨਾਂ ਦਾ ਇਕੱਠ ਰਖਾਇਆ ਸੀ ਆਪਾਂ ਸਾਰਿਆਂ ਦਾ। ਉਸ ਸਮਾਗਮ 'ਚ ਆਪਾਂ ਗਏ ਸੀ ਪ੍ਰਚਾਰ ਕਰਨ, ਅਤੇ ਮੈਨੂੰ ਪਿੱਛੋਂ ਫੋਨ ਕਰਕੇ ਪਤਾ ਲੱਗਿਆ ਕਿ ਮੇਰੇ ਇਸ ਝੰਡੇ ਦੀ ਸ਼ਿਕਾਇਤ ਕਰਤੀ ਆ ਬਿੱਟੂ ਨੇ ਅਤੇ ਰਾਜੇ ਵੜਿੰਗ ਨੇ। ਇਹ ਬੋਰਡ ਲੱਗਿਆ ਕਿ ਜੀ, ਅਤੇ ਇਹਦੇ 'ਤੇ ਲਿਖਿਆ ਕਿ, ਹੁਣ ਤੁਸੀਂ ਪੜ੍ਹੋ, ਜਿਹੜਾ ਉਹ ਝੰਡਾ ਜਿਹਦੇ 'ਚ ਉੱਤੇ ਫਾਰਸੀ ਨਾਲ ਲਿਖਿਆ ਹੋਇਆ ਸਰਕਾਰ ਖਾਲਸਾ ਅਕਾਲ ਸਹਾਏ। ਇਹ ਅਕਾਲ ਸਹਾਏ ਦਾ ਮਤਲਬ ਵੀ, ਅਕਾਲ ਦਾ ਮਤਲਬ ਪਰਮਾਤਮਾ, ਵੀ ਪਰਮਾਤਮਾ ਸਦਾ ਸਹਾਈ ਹੋਵੇ। ਹੁਣ ਦੱਸੋ, ਪਰਮਾਤਮਾ ਹੀ ਸਹਾਈ ਆ, ਹੋਰ ਕੌਣ ਸਹਾਈ ਹੁੰਦਾ ਹੈ? ਅਤੇ ਸਰਕਾਰ ਖਾਲਸਾ, ਉਹ ਸਾਡੇ ਸਰਕਾਰ ਦਾ ਝੰਡਾ ਜਿਹਦਾ ਆਪਾਂ ਜ਼ਿਕਰ ਕੀਤਾ, ਜਿਹੜਾ ਦੁਨੀਆ ਦਾ ਸਭ ਤੋਂ ਬਿਹਤਰ ਰਾਜ, ਅੱਜ ਤੱਕ ਬਿਹਤਰ ਰਾਜ ਮੰਨਿਆ ਜਾਂਦਾ ਉਹ, ਜਿਸ ਰਾਜ ਵਿੱਚ ਜੇਲ੍ਹ ਹੀ ਹੈ ਨਹੀਂ ਸੀ। ਜੇਲ੍ਹ ਕਿਉਂ ਬਣਾਈ ਜਾਂਦੀ ਹੈ? ਅਪਰਾਧੀਆਂ ਨੂੰ ਤਾੜਨ ਵਾਸਤੇ, ਬੰਦ ਕਰਨ ਵਾਸਤੇ। ਅਤੇ ਇਹਦਾ ਮਤਲਬ ਅਪਰਾਧ ਹੀ ਨਹੀਂ ਸੀ ਉਦੋਂ, ਇੰਨਾ ਵਧੀਆ ਰਾਜ ਭਾਗ ਮਿਸਾਲ ਮਿਲਦੀ ਹੈ ਨਾ। ਇਸ ਝੰਡੇ ਦੀ ਸ਼ਿਕਾਇਤ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ, ਰੁਕੋ ਬਾਦਲ 'ਤੇ ਫਿਰ ਆਵਾਂਗੇ ਆਪਾਂ ਗੱਪੀ 'ਤੇ, ਪਹਿਲਾਂ ਆਪਾਂ ਆਪਣੀ ਗੱਲ ਕਰੀਏ। ਝੰਡੇ 'ਤੇ ਇਤਰਾਜ਼ ਹੋ ਗਿਆ, ਅਕਾਲ ਸਹਾਏ ਲਿਖਣ 'ਤੇ ਇਤਰਾਜ਼ ਹੋ ਗਿਆ, ਤੁਸੀਂ ਚੋਰਾਂ ਠੱਗਾਂ ਲੀਡਰਾਂ ਦੀਆਂ ਫੋਟੋ ਲਾਈ ਫਿਰਦੇ ਹੋ, ਅਸੀਂ ਗੁਰੂ ਦਾ ਨਿਸ਼ਾਨ ਲਾਇਆ, ਖਾਲਸਾ ਰਾਜ ਦਾ ਨਿਸ਼ਾਨ ਲਾਇਆ, ਅਸੀਂ ਇਹ ਵਾਪਸ ਲੈ ਕੇ ਆਉਣਾ ਰਾਜ ਭਾਗ? ਸਾਡੀ ਉਹ ਜ਼ਿੰਮੇਵਾਰੀ ਹੈ ਨਾ, ਪੰਜਾਬ ਦੇ ਲੋਕਾਂ ਦੀ, ਪੰਜਾਬ ਦੀ ਜਵਾਨੀ ਦੀ ਜ਼ਿੰਮੇਵਾਰੀ ਹੈ। ਝੰਡੇ ਤੋਂ ਤਕਲੀਫ ਹੋ ਗਈ ਵੀ ਇਹਦਾ ਪ੍ਰਚਾਰ ਬੰਦ ਕਰਾ ਦਈਏ, ਉਹ ਅਸੀਂ ਡਰਨ ਵਾਲੇ ਨਹੀਂ, ਅਸੀਂ ਝੁਕਣ ਵਾਲੇ ਨਹੀਂ, ਅਸੀਂ ਵਿਕਣ ਵਾਲੇ ਨਹੀਂ, ਅਸੀਂ ਹਿੱਕ ਡਾ ਕੇ ਲੜਨ ਵਾਲੇ। ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਕੇਂਦਰ ਸਰਕਾਰ ਦੀ ਸਾਜਿਸ਼ ਹੈ ਅੰਮ੍ਰਿਤਪਾਲ ਨੂੰ ਚੋਣ ਲੜਾਉਣਾ, ਜਾਂ ਪੋਲਰਾਈਜ਼ ਕੀਤਾ ਜਾ ਰਿਹਾ। ਹਿੰਦੂਆਂ ਨੂੰ ਡਰਨਾ ਚਾਹੀਦਾ ਇਸ ਵੇਲੇ, ਜਿਹੜੇ ਪੰਜਾਬ ਦੇ ਹਿੰਦੂ ਨੇ? ਮੈਂ ਦੱਸਿਆ ਤਾਂ ਹੈ ਵੀ ਜਿਸ ਰਾਜ ਭਾਗ ਦੀ ਆਪਾਂ ਗੱਲ ਦੱਸੀ ਆ, ਉਸ ਰਾਜ ਭਾਗ ਦੇ ਵਿੱਚ ਹਿੰਦੂਆਂ ਨੂੰ ਵਜਾਰਤਾਂ ਮਿਲੀਆਂ ਨੇ, ਅਸੀਂ ਉਸ ਰਾਜ ਪੋਲਰਾਈਜ਼ ਕਰਨ ਦੀ ਕੋਈ ਸਾਜਿਸ਼ ਤਾਂ ਨਹੀਂ ਹੈਗੀ। ਇਹ ਬਾਦਲ ਹੁਣੀ ਕਰ ਰਹੇ ਆ, ਕਾਂਗਰਸ ਵਾਲੇ ਕਰਨਗੇ, ਭਾਜਪਾ ਵਾਲੇ ਕਰ ਰਹੇ ਆ। ਪੋਲਰਾਈਜੇਸ਼ਨ ਕੌਣ ਕਰਦਾ ਆਪਾਂ ਦੇਖਦੇ ਆਏ ਨਾ, ਕੱਟੜ ਜਮਾਤਾਂ ਕਰਦੀਆਂ ਨੇ, ਭਾਜਪਾ ਕਰ ਰਹੀ ਆ ਮੰਦਰ ਦੇ ਨਾਂ 'ਤੇ। ਤੁਸੀਂ ਸੁਣਿਆ ਨਹੀਂ ਗਾ, ਲੁਧਿਆਣੇ ਦੇ ਵਿੱਚ ਜਗਰਾਤਾ ਸੀ, ਘਨੱਈਆ ਮਿੱਤਲ ਗਾ ਰਿਹਾ ਸੀ ਜੋ ਰਾਮ ਕੋਲ ਆਏ ਹੈ ਹਮ ਉਨਕੋ ਲਾਏ। ਕਹਿ ਰਹੇ ਨਾ ਭਗਵਾ ਔਰ ਕੇਸਰੀ ਦੇ ਵਿੱਚ ਅੰਤਰ, ਅੰਤਰ ਮੈਂ ਦੱਸਦਾ। ਜਿਹੜੇ ਕੇਸਰੀ ਵਾਲੇ ਆ, ਉਹਨਾਂ ਨੇ ਹਮੇਸ਼ਾ ਦੇਸ਼ ਦੀ ਸੇਵਾ ਕੀਤੀ ਆ। ਕੇਸਰੀ ਵਾਲਿਆਂ ਨੇ ਹਿੱਕਾਂ ਡਾਹ ਕੇ ਹਕੂਮਤ ਦਾ ਸਾਹਮਣਾ ਕੀਤਾ, ਜ਼ੁਲਮ ਦਾ ਸਾਹਮਣਾ ਕੀਤਾ, ਬਦਾਲੀ ਹੋਣੀ ਭਜਾਏ ਆ। ਇਹ ਕੇਸਰੀ ਵਾਲਿਆਂ ਦੀ ਗੱਲ ਦੱਸ ਰਿਹਾ, ਅਤੇ ਕੇਸਰੀ ਵਾਲਿਆਂ ਨੇ ਹਮੇਸ਼ਾ ਮੁਲਕ ਲਈ ਕੁਰਬਾਨੀਆਂ ਦਿੱਤੀਆਂ ਨੇ। ਕੇਸਰੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਕੇਸਰੀ ਵਾਲੇ ਬਦਾਲੀ ਨਾਲ ਵੀ ਭਿੜੇ ਆ, ਕੇਸਰੀ ਵਾਲੇ ਫਰੰਗਿਆਂ ਨਾਲ ਵੀ ਭਿੜੇ ਆ, ਗੋਰਿਆਂ ਨੂੰ ਵੀ ਭਜਾਇਆ। ਅਤੇ ਜਿਹੜੇ ਭਗਵੇਂ ਵਾਲੇ ਆ, ਸਾਵਰਕਰ ਹੋਣੀ ਆ, ਉਹਨਾਂ ਨੇ ਮਾਫੀਆਂ ਮੰਗੀਆਂ ਸਰਕਾਰ ਤੋਂ। ਭਾਰਤ ਛੋੜੋ ਅੰਦੋਲਨ ਹੋਇਆ ਨਾ, ਅਤੇ ਉਹਦੇ ਵਿੱਚ ਫੜ ਕੇ ਇਹਨਾਂ ਨੂੰ ਜੇਲ੍ਹ ਭੇਜਤਾ ਸੀ। ਹੁਣ ਭਗਵੇਂ ਵਾਲੇ ਦੀ ਅਸਲੀਅਤ ਆ ਇਹ। ਅਤੇ ਘਨੱਈਆ ਮਿੱਤਲ ਕਹਿ ਰਿਹਾ, ਜਲ ਛਕਾ ਦਿਓ ਯਾਰ, ਘਨੱਈਆ ਮਿੱਤਲ ਕਹਿ ਰਿਹਾ ਕਿ ਜੋ ਰਾਮ ਕੋਲ ਆਏ ਹੈ ਹਮ ਉਨਕੋ ਲਾਏਗੇ। ਹੁਣ ਸਮਝੋ ਤੁਸੀਂ ਗੱਲ ਨੂੰ, ਵੀ ਉਹ ਰਾਮ ਨੂੰ ਕੀ ਸਮਝ ਰਹੇ ਆ, ਵੀ ਮੋਦੀ ਰਾਮ ਨੂੰ ਲੈ ਕੇ ਆਇਆ? ਮਤਲਬ ਸੋਚ ਸਮਝੋ ਤੁਸੀਂ, ਰਾਮ ਕੌਣ ਆ? ਪਹਿਲਾਂ ਤਾਂ ਇਹਨਾਂ ਨੂੰ ਇਹ ਪੁੱਛਿਆ ਜਾਵੇ, ਰਾਮ ਦਾ ਅਰਥ ਹੁੰਦਾ ਰਮਿਆ ਹੋਇਆ, ਪੂਰੀ ਦੁਨੀਆ 'ਚ ਰਮਿਆ ਹੋਇਆ, ਆ ਸਾਰਿਆਂ ਦੇ ਵਿੱਚ ਰਾਮ ਆ, ਜਿਹੜੇ ਆ ਬੈਠੇ ਇੱਥੇ ਆ ਬੋਲ ਰਿਹਾ ਰਾਮ ਆ, ਇਹ 'ਚੋਂ ਰਾਮ ਨਿਕਲ ਗਿਆ, ਬੋਲਣਾ ਨਹੀਂ, ਮਿੱਟੀ ਹੋ ਜਾਣਾ ਸਰੀਰ ਨੇ। ਰਾਮ ਦਾ ਅਰਥ ਇਹ ਆ, ਰਾਮ ਦਾ ਅਰਥ ਬੰਦਾ ਨਹੀਂ। ਇਹ ਕੀ ਕਰਦੇ ਆ ਵੀ ਮੋਦੀ ਲੈ ਕੇ ਆਇਆ, ਮਤਲਬ ਮੋਦੀ ਵੱਡਾ ਰਾਮ ਨਾਲੋਂ, ਰਾਮ ਨੂੰ ਛੋਟਾ ਦਿਖਾ ਰਹੇ ਹੋ। ਔਰ ਉੱਥੇ ਦੋਨੇ ਲੀਡਰ ਨੱਚ ਰਹੇ ਆ, ਭੰਗੜਾ ਪਾ ਰਹੇ ਆ, ਭਾਜਪਾ ਵਾਲਾ ਬਿੱਟੂ ਅਤੇ ਕਾਂਗਰਸ ਵਾਲਾ ਬੜਿੰਗ, ਇਹ ਦੋਨੇ ਖੜ੍ਹੇ ਆ।
ਉੱਥੇ ਘਨੱਈਆ ਮਿੱਤਲ ਦੀ ਬਾਂਹ ਫੜਦਾ ਕਾਂਗਰਸ ਵਾਲਾ ਕਿ ਮਿੱਤਲਾ ਉਹ ਮਿੱਤਰਾ ਇਹ ਕੰਮ ਨਹੀਂ ਤੇਰਾ, ਤੂੰ ਧਾਰਮਿਕ ਸਟੇਜ ਆ, ਲੋਕਾਂ ਨੂੰ ਨਾਮ ਚ ਪਾ ਭੇਟਾਂ ਗਾ, ਸਾਨੂੰ ਕੋਈ ਇਤਰਾਜ਼ ਨਹੀਂ ਭੰਗੜੇ ਪਵਾ, ਪਰ ਧਾਰਮਿਕ ਸਟੇਜ ਤੋਂ ਤੁਸੀਂ ਵੋਟਾਂ ਦਾ ਸੁਨੇਹਾ ਕਿਵੇਂ ਦੇ ਸਕਦੇ ਹੋ? ਫਿਰ ਹੁਣ ਤੁਸੀਂ ਫਰਕ ਸਮਝੋ ਮਾਨਸਿਕਤਾ ਦਾ। ਹੁਣ ਤੁਸੀਂ ਦੇਖੋ ਵੀ ਜਿਹੜੇ ਅੰਮ੍ਰਿਤ ਛਕਾ ਰਹੇ ਆ ਉਹਨਾਂ ਨੂੰ ਡਿਬਰੂਗੜ੍ਹ ਦੀਆਂ ਜੇਲ੍ਹਾਂ, ਅਤੇ ਜਿਹੜੇ ਧਾਰਮਿਕ ਸਟੇਜ ਤੋਂ ਮਤਲਬ ਉਹ ਹਿੰਦੂ ਆ ਨਾ ਉਹ ਪ੍ਰਚਾਰ ਕਰ ਸਕਦਾ। ਸਮਝੋ ਗੱਲ ਨੂੰ, ਆਰਾਮ ਦੀ ਗੱਲ, ਗੁਰਬਾਣੀ ਪੜ੍ਹੋ। ਗੁਰਬਾਣੀ 'ਚ ਲਿਖਿਆ ਹੋਇਆ ਮਾਥੇ ਤਿਲਕ ਹੱਥ ਮਾਲਾ ਬੰਨਾ ਲੋਗਨ ਰਾਮ ਖਿਲਾਉਣਾ ਜਾਣਾ, ਵੀ ਮੱਥੇ 'ਤੇ ਟਿੱਕਾ ਲਾ ਲਿਆ, ਇੱਥੇ ਖੰਭਣੀ ਜੀ ਬੰਨ ਲਈ ਮਾਲਾ ਲਪੇਟ ਲਈ, ਅਤੇ ਰੱਬ ਨੂੰ ਬਣਾ ਲਿਆ ਵੀ ਖਿਡਾਉਣਾ, ਰਾਮ ਨੂੰ ਸਮਝ ਲਿਆ ਖਿਡਾਉਣਾ। ਰਾਮ ਖਿਡਾਉਣਾ ਨਹੀਂ ਭਾਈ, ਰਾਮ ਇਸ ਦੁਨੀਆ ਦਾ ਮਾਲਕ ਹੈ, ਰਾਮ ਰਮਿਆ ਹੋਇਆ ਸਾਰੇ ਸੰਸਾਰ ਦੇ ਅੰਦਰ, ਅਤੇ ਰਾਮ ਨੂੰ ਤੁਸੀਂ ਸਮਝਦੇ ਹੋ ਕਿ ਇੱਕ ਮੋਦੀ ਲੈ ਆ ਰਾਮ ਨੂੰ, ਪਹਿਲੀ ਗੱਲ ਤਾਂ ਉਸ ਪ੍ਰਾਣ ਪ੍ਰਤਿਸ਼ਠਾ ਉਹਦਾ ਉਦਘਾਟਨ ਹੀ ਨਹੀਂ ਹੋ ਸਕਦਾ, ਅਧੂਰੇ ਮੰਦਿਰ ਦਾ ਨਿਰਮਾਣ ਕਰਤਾ ਵੋਟਾਂ ਖਾਤਰ। ਹੁਣ ਤੁਸੀਂ ਦੱਸੋ ਪੋਲਰਾਈਜੇਸ਼ਨ ਕੌਣ ਕਰ ਰਿਹਾ? ਫਿਰ ਇੱਕ ਗ੍ਰਸਤੀ ਬੰਦਾ ਆਪਦੇ ਪਰਿਵਾਰ ਦੇ ਨਾਲ ਜਾ ਕੇ ਉਹਦਾ ਪ੍ਰਾਣ ਪ੍ਰਤਿਸ਼ਠਾ ਕਰ ਸਕਦਾ ਹੈ? ਇਕੱਲਾ ਬੰਦਾ ਜਾ ਕੇ ਕਿਵੇਂ ਸਕਦਾ? ਮਰਿਆਦਾ ਤਾਂ ਸਮਝੋ ਨਾ, ਕਿੰਨੇ ਸ਼ੰਕਰਾਚਾਰੀਆ ਖਿਲਾਫ ਇਸ ਗੱਲ ਦੇ, ਕਾਹਦੇ ਲਈ ਜਲਦਬਾਜ਼ੀ ਕੀਤੀ ਆ ਕਿ ਵੋਟਾਂ ਆ ਗਈਆਂ, ਛੇਤੀ ਛੇਤੀ ਪ੍ਰਾਣ ਪ੍ਰਤਿਸ਼ਠਾ ਕਰੋ, ਮੰਦਿਰ ਦੀ ਉਸਾਰੀ ਕਰੋ, ਅਧੂਰੇ ਮੰਦਿਰ ਦਾ ਉਦਘਾਟਨ ਕਰਤਾ, ਹੁਣ ਕੌਣ ਕਰ ਰਿਹਾ? ਤੁਹਾਡਾ ਚੋਣ ਨਿਸ਼ਾਨ ਵੀ ਮਾਈਕ, ਅੰਮ੍ਰਿਤਪਾਲ ਦਾ ਵੀ ਚੋਣ ਨਿਸ਼ਾਨ ਮਾਈਕ, ਕੋਇਨਸੀਡੈਂਸ ਹੁੰਦਾ ਜਾਂ ਫਿਰ ਉਹ ਸਿਲੈਕਸ਼ਨ ਹੁੰਦੀ ਹੈ, ਇਲੈਕਸ਼ਨ ਕਮਿਸ਼ਨ ਦਿੰਦਾ, ਫਿਰ ਤੁਸੀਂ ਆਪ ਸਿਲੈਕਟ ਕੀਤਾ? ਦੇਖੋ ਪਰਮਾਤਮਾ ਦੀ ਰਹਿਮਤ ਹੈ, ਦੋਨਾਂ ਭਰਾਵਾਂ ਦਾ ਚੋਣ ਨਿਸ਼ਾਨ ਇੱਕੋ ਹੀ ਹੈ, ਤਿੰਨ ਆਪਸ਼ਨ ਹੁੰਦੀਆਂ ਸਾਰਿਆਂ ਕੋਲ ਭਰਨ ਦੀਆਂ, ਪਤਾ ਹੀ ਨਹੀਂ ਕਿਵੇਂ ਭਰਿਆ ਗਿਆ, ਕਿਵੇਂ ਆ ਗਿਆ ਇਹ, ਰੱਬ ਦੀ ਰਹਿਮਤ ਹੀ ਕਹਿ ਸਕਦੇ। ਅਮੂਮਨ ਹੁੰਦਾ ਨਹੀਂ ਹੈ ਤਾਂ ਮਿਲ ਜਾਵੇ, ਮਾਲਕ ਦੀ ਮਰਜ਼ੀ ਹੈ ਨਾ, ਕੋਈ ਉਹਨੇ ਰਸਤਾ ਬਣਾਇਆ, ਕੋਈ ਪਾਤਸ਼ਾਹ ਨੇ ਪਤਾ ਨਹੀਂ ਕਿਹੜੀ ਸੇਵਾ ਲੈਣੀ ਆ। ਜੇ ਅਸੀਂ ਉੱਧਰ ਕੁਰਸੀਆਂ ਨੂੰ ਲੱਤ ਮਾਰ ਕੇ ਆਏ ਹਾਂ ਐੱਮ ਐੱਲ ਏ MP ਦੀਆਂ ਟਿਕਟਾਂ ਨੂੰ, ਇੱਧਰ ਪਤਾ ਨਹੀਂ ਪਾਤਸ਼ਾਹ ਨੇ ਕਿਸ ਰਸਤੇ 'ਤੇ ਤੋਰਿਆ ਅਤੇ ਕਿਹੜੀ ਸੇਵਾ ਲੈਣੀ ਆ, ਇਹ ਰੱਬ ਜਾਣਦਾ, ਉਹ ਮਾਲਕ ਜਾਣਦਾ। ਸਿਆਸੀ ਗੱਲ ਕਰ ਲੈਂਦੇ ਹਾਂ, ਰਾਜਾ ਵੜਿੰਗ ਨੇ ਹੀ ਤੁਹਾਨੂੰ ਪਾਰਟੀ 'ਚੋਂ ਕੱਢਿਆ, ਅਤੇ ਜਦੋਂ ਮੈਂ ਜ਼ਿਕਰ ਕੀਤਾ ਕਿ ਮੰਨਿਆ ਜਾਂਦਾ ਕਿ ਰਾਜਾ ਵੜਿੰਗ ਵਰਸਿਸ ਕਮਲਜੀਤ ਸਿੰਘ ਬਰਾੜ ਦੀ ਇੱਕ ਤਗੜੀ ਸਿਆਸੀ ਜੰਗ ਹੈ, ਕਿਵੇਂ ਦੇਖ ਰਹੇ ਹੋ ਇਸ ਜੰਗ ਨੂੰ? ਤੁਸੀਂ ਤਾਂ ਫਾਈਲਾਂ ਵੀ ਚੱਕੀ ਫਿਰਦੇ ਉਹਨਾਂ ਦੇ ਖਿਲਾਫ, ਜਾਂ ਤਾਂ ਤੁਸੀਂ ਜਿੱਤ ਜਾਓਗੇ, ਜਾਂ ਇਹ ਤਾਂ ਨਹੀਂ ਕਿੱਥੇ ਪਿੰਡਾਂ ਦੇ ਵਿੱਚ ਵੋਟ ਆਪ ਲੈ ਕੇ ਰਾਜਾ ਵੜਿੰਗ ਦਾ ਹੀ ਗਣਿਤ ਸਾਰਾ ਖਰਾਬ ਕਰ ਦੋਗੇ? ਨਹੀਂ ਨਹੀਂ, ਮੈਂ ਪਹਿਲਾਂ ਦੱਸਿਆ ਆਪਾਂ ਕਿਸੇ ਦਾ ਗਣਿਤ ਖਰਾਬ ਕਰਨ ਥੋੜ੍ਹੀ ਆਏ ਹਾਂ, ਆਪਾਂ ਤਾਂ ਜਿਹੜੇ ਸਵਾਲ ਉਲਝੇ ਹੋਏ ਉਹਨਾਂ ਦੇ ਹੱਲ ਕਰਨ ਲਈ ਮੈਦਾਨ 'ਚ ਆਏ ਹਾਂ, ਆਪਾਂ ਕਿਸੇ ਨੂੰ ਹਰਾਉਣ ਲਈ ਨਹੀਂ ਉਤਰੇ, ਆਪਣੀ ਇਹਨਾਂ ਨਾਲ ਕੋਈ ਰੌਲਾ ਨਹੀਂ, ਇਹ ਲੋਕ ਤਾਂ ਸਾਡੀ ਨਫ਼ਰਤ ਦੇ ਪਾਤਰ ਨਹੀਂ, ਜਿਹੜੇ ਸਿੱਖਾਂ ਦੇ ਘਰੇ ਜੰਮ ਕੇ ਸਿੱਖ ਭਰਾਵਾਂ ਦੇ ਖਿਲਾਫ ਹੀ ਚਿੱਠੀਆਂ ਲਿਖੀ ਗਈਆਂ DGP ਨੂੰ ਕਿ ਅੰਮ੍ਰਿਤ ਛਕਾਉਣ ਵਾਲਿਆਂ ਨੂੰ ਫੜੋ, ਇਹ ਸਾਡੀ ਨਫ਼ਰਤ ਦੇ ਲਾਇਕ ਵੀ ਹੈ ਨਹੀਂ। ਜਿਸ ਬੰਦੇ ਨੂੰ ਪਤਾ ਨਹੀਂ ਸਿੱਖ ਧਰਮ ਦੀ ਆਈਡੀਓਲੋਜੀ, ਜਿਸ ਬੰਦੇ ਨੂੰ ਸੋਚ ਨਹੀਂ ਪਤਾ, ਗੁਰੂ ਦਾ ਸਿਧਾਂਤ ਨਹੀਂ ਪਤਾ, ਉਹ ਵੀ ਨਹੀਂ ਕਿੰਤੂ ਪਰੰਤੂ ਕਰਦਾ ਗੁਰੂ ਸਾਹਿਬ ਦੇ ਅੰਮ੍ਰਿਤ ਦੀ ਦਾਤ 'ਤੇ, ਜਿਹੜਾ ਹੋਰ ਧਰਮਾਂ 'ਚ ਜੰਮੇ ਆ, ਜਿਹੜੇ ਸਿੱਖਾਂ ਦੇ ਘਰੇ ਜੰਮੇ ਆ, ਜਿਨ੍ਹਾਂ ਨੂੰ ਸਿੱਖੀ ਦਾ ਸਿਧਾਂਤ ਪਤਾ ਹੈ, ਅਤੇ ਉਹ ਲੋਕ ਵੀ ਅੰਮ੍ਰਿਤ ਛਕਾਉਣ ਦੇ ਉੱਤੇ ਕਿੰਤੂ ਪਰੰਤੂ ਕਰਨ। ਤੁਸੀਂ ਕਹਿੰਦੇ ਹੋ ਕਿ ਉਹਨੂੰ, ਆਪਾਂ ਤਾਂ ਪਹਿਲਾਂ ਆਏ ਹੋਏ ਹਾਂ ਮੈਦਾਨ 'ਚ, ਆਪਾਂ ਮੈਦਾਨ 'ਚ ਪਹਿਲਾਂ ਡਟ ਗਏ ਸੀ, ਇਹ ਤਾਂ ਪਿੱਛੇ ਪਿੱਛੇ ਪਾਤਸ਼ਾਹ ਨੇ ਮੇਰੇ ਕੋਲ ਭੇਜਿਆ ਹੈ ਵੀ ਇਹਦੇ ਨਾਲ ਤੇਰਾ ਹਿਸਾਬ ਕਿਤਾਬ ਰਹਿੰਦਾ ਪੁੱਤ, ਇਹਨੂੰ ਵੀ ਸਬਕ ਸਿਖਾ ਲਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਵੀ ਨੇ, ਮੌਜੂਦਾ ਵਿਧਾਇਕ ਨੇ, ਆਮ ਆਦਮੀ ਪਾਰਟੀ ਕਹਿੰਦੇ ਕਿ ਆਪਾਂ ਬੜੇ ਇਮਾਨਦਾਰੀ ਦੇ ਨਾਲ 2 ਸਾਲ ਕੱਢੇ ਨੇ, ਸੰਸਦ 'ਚ ਵੀ ਭਗਵੰਤ ਮਾਨ ਹੋਏਗਾ। ਮੈਂ ਤਾਂ ਇਹਨਾਂ 'ਤੇ ਹੈਰਾਨ ਹਾਂ, ਇਹ 13-0 ਦੀਆਂ ਗੱਲਾਂ ਕਰੀ ਜਾਂਦੇ, ਇਹਨਾਂ ਨੂੰ 13 ਬੰਦੇ ਨਹੀਂ ਲੱਭੇ, ਕੋਈ ਇੱਧਰੋਂ ਫੜਿਆ, ਕੋਈ ਉੱਧਰੋਂ ਫੜਿਆ, ਕਿਸੇ ਮੰਤਰੀ ਨੂੰ ਖੜਾ ਕਰ ਲਿਆ। ਪੱਪੀ ਆਪਣਾ ਭਰਾ ਹੈ, ਵਧੀਆ ਭਰਾ ਹੈ ਆਪਣਾ, ਐਸੀ ਗੱਲ ਨਹੀਂ, ਕੋਈ ਚੰਗਾ ਹੈ, ਕਾਂਗਰਸੀ ਵੀ ਰਿਹਾ, ਇਕੱਠਿਆਂ ਨੇ ਕੰਮ ਵੀ ਕੀਤਾ, ਔਰ ਇਹਨਾਂ ਸਾਰਿਆਂ ਨਾਲੋਂ ਚੰਗਾ ਵੀ ਆ ਉਹ, ਜੇ ਦੋਨਾਂ ਨਾਲੋਂ, ਜਿਹੜੇ ਆ ਕਾਂਗਰਸ ਵਾਲਾ ਅਤੇ BJP ਵਾਲੇ ਨਾ, ਦੋਨਾਂ ਨਾਲੋਂ ਚੰਗਾ ਵੀ ਆ, ਬਿਹਤਰ ਇਹਨਾਂ ਨਾਲੋਂ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ। ਇਹ ਸਨ ਜਨਤਾ ਦੀ ਅਦਾਲਤ ਵਿੱਚ ਆਜ਼ਾਦ ਉਮੀਦਵਾਰ ਕਮਲਜੀਤ ਸਿੰਘ ਬਰਾੜ, ਜੋ ਦਾਅਵਾ ਕਰ ਰਹੇ ਨੇ ਕਿ ਜਨਤਾ ਇਹਨਾਂ ਨੂੰ ਲੁਧਿਆਣਾ ਲੋਕ ਸਭਾ ਤੋਂ
ਆਪਣਾ ਉਮੀਦਵਾਰ ਬਣਾ ਕੇ ਜ਼ਰੂਰ ਦਿੱਲੀ ਭੇਜੇਗੀ। ਦੇਖਦੇ ਰਹੋ ਸੋਨਿਹਾਲ।